ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ, ਰਸਨਾ ਹਰ ਸਾਧ ਲੱਗੀ ਸਹਿਜ ਸੁਭਾਈ, ਮਨ ਤ੍ਰਿਪਤਿਆ ਹਰ ਨਾਮ ਧਿਆਈ, ਰਸਨਾ ਹਰ ਸਾਧ ਲੱਗੀ ਸਹਿਜ ਸੁਭਾਈ, ਮਨ ਤ੍ਰਿਪਤਿਆ ਹਰ ਨਾਮ ਧਿਆਈ, ਸਦਾ ਸੁਖ ਸਾਚੈ ਸ਼ਬਦ ਵਿਚਾਰੀ, ਆਪਣੇ ਸਤਿਗੁਰ ਵਿਟੋ ਸਦਾ ਬਲਿਹਾਰੀ, ਰਹਾਉ ਅੱਖੀ ਸੰਤੋਖੀਆਂ ਏਕ ਲਿਵਲਾਏ, ਮਨ ਸੰਤੋਖਿਆ ਦੂਜਾ ਭਾਉ ਗਵਾਏ, ਦੇਹ ਸਰੀਰ ਸੁਖ ਹੋਵੇ ਸ਼ਬਦ ਹਰਨਾਏ, ਨਾਮ ਪਰਮਲ ਹਿਰਦੈ ਰਹਿਆ ਸਮਾਏ, ਨਾਨਕ ਮਸਤਕ ਜਿਸ ਵਡ ਭਾਗ, ਗੁਰ ਕੀ ਬਾਣੀ ਸਹਿਜ ਬੈਰਾਗ, ਨਾਨਕ ਮਸਤਕ ਜਿਸ ਵਡ ਭਾਗ, ਗੁਰ ਕੀ ਬਾਣੀ ਸਹਿਜ ਬੈਰਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਣਸ ਕੀ ਗਤ ਇਹੀ, ਕੋਟ ਪਰਾਦ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ,
ਮਤ ਥੋਰੀ ਤੁਮੇ ਆਪਨ ਵੇਰ ਦਰ ਖਾਬੋ ਹਮ ਅਗਿਆਨ ਅਲਪ ਮਤ ਥੋਰੀ ਤੁਮੇ ਆਪਨ ਵੇਰ ਦਰ ਖਾਬੋ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ ਰੂਹਾਨੀਅਤ ਦੇ ਭੰਡਾਰ ਸ਼ਹਿਨਸ਼ਾਹੇ ਕੁੱਲ ਆਲਮ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਕਰਕੇ ਇਸ ਸੰਸਾਰਕ ਪਦਾਰਥਵਾਦੀ ਮਾਹੌਲ ਵਿੱਚੋਂ ਇਹ ਸੁਹਾਵਣਾ ਸਮਾਂ ਬਖਸ਼ਿਸ਼ ਕੀਤਾ ਹੈ ਕਿ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਕੇ ਆਪਣੇ ਭਾਗਾਂ ਨੂੰ ਹੋਰ ਵੀ ਵੱਡੇ ਭਾਗ ਬਣਾ ਰਹੇ ਹੋ। ਅੰਮ੍ਰਿਤ ਵੇਲੇ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਨੁੱਖਤਾ ਦੇ ਭਲੇ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੁਕਮਨਾਮਾ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਸੁਣਨ ਵਾਸਤੇ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਕਮਲਾਂ ਵਿੱਚ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਜੁੜ ਬੈਠੇ ਹਾਂ। ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਸ਼ੁਕਰ ਸ਼ੁਕਰਾਨਾ ਕਰੀਏ ਔਰ ਗੁਰਮਤਿ ਵਿਚਾਰਾਂ ਆਰੰਭ ਕਰਨ ਤੋਂ ਪ੍ਰਥਮ ਆਪੋ ਆਪਣੀ ਲਾਓ ਹਾਜ਼ਰੀ ਦੋਵੇਂ ਹੱਥ ਜੋੜ ਕੇ ਜਿੰਨੇ ਸਰੀਰ ਦੂਰ ਦਰੇਡੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਜੁੜੇ ਹੋ ਮਨ ਕਰਕੇ ਲਾਓ ਹਾਜ਼ਰੀ ਦੋਵੇਂ ਹੱਥ ਜੋੜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਮ ਦੀ ਦੁਨੀਆਂ ਵਿੱਚ ਸਤਿਗੁਰ ਜੀ ਨੇ ਸਭ ਤੋਂ ਅਹਿਮ ਅੰਗ ਮਨ ਨੂੰ ਮੰਨਿਆ ਹੈ ਔਰ ਜਿਵੇਂ ਸੰਸਾਰ ਦਾ ਹਰ ਕਰਮ ਦੁਨਿਆਵੀ ਤੌਰ ਤੇ ਮਨ ਕਰਕੇ ਨਾ ਵੀ ਕੀਤਾ ਜਾਏ ਕਈ ਵਾਰ ਬੰਦਾ ਉਹਦੇ ਵਿੱਚ ਸਫਲ ਹੋ ਜਾਂਦਾ ਪਰ ਜਦੋਂ ਗੱਲ ਧਰਮ ਕਮਾਉਣ ਦੀ ਚੱਲੇਗੀ ਤਾਂ ਸਮੁੱਚੀ ਮਨੁੱਖਤਾ ਨੂੰ ਸਤਿਗੁਰ ਜੀ ਉਪਦੇਸ਼ ਦਿੰਦੇ ਹਨ ਦੁਨੀਆਂ ਦੇ ਲੋਕੋ
ਮਨ ਦੀ ਹਾਜ਼ਰੀ ਤੋਂ ਬਗੈਰ, ਮਨ ਦੀ ਇਕਾਗਰਤਾ ਤੋਂ ਬਗੈਰ, ਮਨ ਦੀ ਕੰਸਨਟ੍ਰੇਸ਼ਨ ਤੋਂ ਬਗੈਰ ਤੁਸੀਂ ਧਰਮ ਦਾ ਇੱਕ ਕਦਮ ਵੀ ਰੱਬ ਵੱਲ ਦੇ ਪਾਸੇ ਨਹੀਂ ਪੁੱਟ ਸਕੋਗੇ। ਕਿਉਂਕਿ ਧਰਮ ਦੇ ਕਰਮ ਵਿੱਚ ਮਨ ਦੀ ਹੀ ਯਾਤਰਾ ਹੈ। ਜੋ ਇਸ ਮਨ ਦੇ ਜੋਤ ਸਰੂਪ ਹੋਣ ਕਰਕੇ ਉਸ ਪਰਮਾਤਮਾ ਵੱਲ ਦੇ ਪਾਸੇ ਯਾਤਰਾ ਕਰਨੀ ਹੈ। ਕਿਉਂਕਿ ਸੰਸਾਰ ਵਿੱਚ ਇੱਕ ਸਮਾਂ ਐਸਾ ਆਏਗਾ ਜਦੋਂ ਸਰੀਰਕ ਤੌਰ ਤੇ ਜਿੰਨੇ ਵੀ ਇੰਦਰੇ ਹਨ ਉਹ ਅਸਮਰਥ ਹੋ ਜਾਣਗੇ, ਉਹ ਕਰਮ ਨਹੀਂ ਕਰ ਸਕਣਗੇ। ਜਿਨ੍ਹਾਂ ਅੱਖਾਂ ਨਾਲ ਆਪਾਂ ਬਹੁਤ ਦੂਰ ਦੂਰ ਤੱਕ ਵੇਖ ਲੈਂਦੇ ਹਾਂ, ਇਹ ਅੱਖਾਂ ਫਿਰ ਬਹੁਤ ਨੇੜੇ ਤੋਂ ਵੀ ਬੰਦਾ ਪਛਾਣਨ ਤੋਂ ਅਸਮਰਥ ਹੋ ਜਾਣਗੀਆਂ। ਜਿਨ੍ਹਾਂ ਕੰਨਾਂ ਨਾਲ ਆਪਾਂ ਬਹੁਤ ਕੁਝ ਸੁਣਦੇ ਹਾਂ, ਇਹ ਕੰਨ ਫਿਰ ਇੱਕ ਅਵਸਥਾ ਵਿੱਚ ਜਾ ਕੇ ਬਹੁਤ ਉੱਚਾ ਬੋਲਣ ਤੇ ਵੀ ਸੁਣਨ ਤੋਂ ਖਾਲੀ ਹੋ ਜਾਂਦੇ ਹਨ। ਜਿਨ੍ਹਾਂ ਪੈਰਾਂ ਨਾਲ ਆਪਾਂ ਮੀਲਾਂ ਤੱਕ ਦੀ ਯਾਤਰਾ ਕਰਦੇ ਹਾਂ, ਮਨੁੱਖ ਥੱਕਦਾ ਨਹੀਂ, ਪਰਤ ਕੇ ਫਿਰ ਇਹਨਾਂ ਪੈਰਾਂ ਨਾਲ ਤੁਰਨਾ ਵੀ ਔਖਾ ਹੋ ਜਾਂਦਾ। ਇਸ ਸਰੀਰ ਨੂੰ ਤੋਰਨ ਵਾਸਤੇ ਇੱਕ ਤੀਜਾ ਸਹਾਰਾ ਚਾਹੀਦਾ, ਦੋ ਪੈਰਾਂ ਤੋਂ ਇਲਾਵਾ ਬੰਦਾ ਫਿਰ ਡੰਡੇ ਦਾ ਆਸਰਾ ਵੀ ਲੈਂਦਾ। ਸੰਸਾਰ ਦੀ ਯਾਤਰਾ ਸਰੀਰ ਦੇ ਅੰਗ ਜਿਵੇਂ ਜਿਵੇਂ ਬਲਹੀਣ ਹੋਣਗੇ ਇਹ ਸੰਸਾਰ ਦੀ ਯਾਤਰਾ ਰੁਕਦੀ ਜਾਏਗੀ। ਤੇ ਸਾਹਿਬ ਕਹਿੰਦੇ ਹਨ ਨਿਰੰਕਾਰ ਵੱਲ ਦੇ ਪਾਸੇ ਜੇ ਤੂੰ ਯਾਤਰਾ ਕਰਨੀ ਉਹ ਸਿਰਫ ਤੇਰੇ ਮਨ ਦੀ ਯਾਤਰਾ ਹੈ। ਹਾਂ, ਤਨ ਤੋਂ ਸ਼ੁਰੂਆਤ ਹੋਏਗੀ, ਪਰ ਚੇਤੇ ਰੱਖੀ ਉੱਥੋਂ ਤੱਕ ਤੇਰੇ ਮਨ ਦੇ ਅੰਦਰ ਦੀ ਉਸ ਚੀਜ਼ ਨੇ ਜਾਣਾ। ਮਨ ਦੇ ਹੀ ਉਸ ਆਤਮਾ ਦੇ ਸੁਰਤੀ ਦੇ ਪੈਰ ਹੋਣਗੇ, ਸੁਰਤੀ ਦੀਆਂ ਅੱਖਾਂ ਹੋਣਗੀਆਂ ਜਿਨ੍ਹਾਂ ਨਾਲ ਤੂੰ ਉਸ ਪਰਮਾਤਮਾ ਨੂੰ ਵੇਖ ਸਕੇਗਾ। ਹੁਣ ਉਸ ਸੁਰਤੀ ਦੇ ਇੰਦਰਿਆਂ ਨੂੰ ਜਗਾਉਣ ਵਾਸਤੇ ਆ ਸਾਰਾ ਕਰਮ ਕੀਤਾ ਜਾ ਰਿਹਾ। ਔਰ ਜਿੰਨੀ ਦੇਰ ਇਸ ਗੱਲ ਦੀ ਆਪਾਂ ਨੂੰ ਸਮਝ ਨਹੀਂ ਲੱਗੇਗੀ, ਉਨੀ ਦੇਰ ਇਹ ਜਿਹੜਾ ਮਨ ਹੈ ਜਿਸ ਨੇ ਯਾਤਰਾ ਕਰਨੀ ਇਹ ਸੰਸਾਰ ਦੇ ਫੁਰਨਿਆਂ ਵਿੱਚ ਸੁੱਤਾ ਰਹੇਗਾ ਔਰ ਅਚੇਤ ਪੁਣੇ ਵਿੱਚ ਸਾਰੀ ਉਮਰ ਸੰਸਾਰੀ ਕਰਮਾਂ ਵਿੱਚ ਲੰਘ ਜਾਏਗੀ। ਇਹ ਮਨ ਉਸ ਪਰਮਾਤਮਾ ਵੱਲ ਨਹੀਂ ਤੁਰ ਸਕੇਗਾ, ਇਹਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਏਗਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਸ ਚੀਜ਼ ਵਾਸਤੇ ਆਪਾਂ ਰੋਜ਼ ਗੁਰੂ ਕੋਲ ਜੁੜ ਕੇ ਬੈਠੇ। ਅੱਜ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ ਵਡਹੰਸ ਰਾਗ ਅੰਦਰ 560 ਅੰਗ ਉੱਤੇ ਇਹ ਪਾਵਨ ਫਰਮਾਨ ਸਤਿਗੁਰ ਜੀ ਨੇ ਬਖਸ਼ਿਸ਼ ਕੀਤਾ ਹੈ। ਇਹਦੇ ਵਿੱਚ ਸਰੀਰ ਦੀ ਗੱਲ ਵੀ ਕਰਨਗੇ, ਅੱਖਾਂ ਰੱਜਣ ਦੀ ਗੱਲ ਚੱਲੇਗੀ, ਰਸਨਾ ਦੇ ਸਾਧ ਦੀ ਗੱਲ ਚੱਲੇਗੀ, ਸਰੀਰਕ ਇੰਦਰੀਆਂ ਦੀ ਵੀ ਗੱਲ ਹੋਏਗੀ, ਪਰ ਮਹਾਰਾਜ ਜੀ ਇਹਦੇ ਵਿੱਚ ਮੁੱਖ ਤੌਰ ਤੇ ਫਿਰ ਮਨ ਦੀ ਗੱਲ ਵੀ ਕਰਨਗੇ। ਕਿਉਂਕਿ ਜਿੰਨੀ ਦੇਰ ਮਨ ਅਚੇਤ ਫੁਰਨਿਆਂ ਵਿੱਚ ਸੁੱਤਿਆ ਉਨੀ ਦੇਰ ਇੰਦਰੇ ਵੀ ਨਹੀਂ ਰੱਜਣਗੇ, ਸਾਰੀ ਉਮਰ ਲੰਘ ਜਾਏਗੀ, ਸਰੀਰ ਬਿਰਧ ਹੋ ਜਾਏਗਾ, ਇੰਦਰੇ ਬਲਹੀਣ ਹੋ ਜਾਣਗੇ ਪਰ ਰੱਜ ਨਹੀਂ ਸਕਣਗੇ। ਸਾਹਿਬ ਕਹਿੰਦੇ ਨੇ ਜੇ ਤੂੰ ਚਾਹੁੰਦਾ ਇਹ ਬਾਹਰਲੇ ਇੰਦਰੇ ਵੀ ਰੱਜ ਜਾਣ ਤਾਂ ਆਪਣੇ ਮਨ ਦੀ ਡੋਰ ਗੁਰੂ ਦੇ ਹੱਥ ਦੇ। ਜਿਵੇਂ ਹੀ ਮਨ ਦੀ ਦਸ਼ਾ ਬਦਲੇਗੀ ਤੇਰੇ ਸਰੀਰ ਦੀ ਦਸ਼ਾ ਵੀ ਬਦਲ ਜਾਏਗੀ, ਕਿਉਂਕਿ ਜੈਸੀ ਮਨਸ਼ਾ ਤੈਸੀ ਦਸ਼ਾ। ਜਿਸ ਤਰ੍ਹਾਂ ਦੀ ਮਨ ਦੀ ਦਸ਼ਾ ਹੈ ਉਸੇ ਤਰ੍ਹਾਂ ਦੀ ਤਨ ਦੀ ਦਸ਼ਾ ਵੀ ਹੋਣੀ ਸ਼ੁਰੂ ਹੋ ਜਾਏਗੀ। ਸਤਿਗੁਰ ਦੀ ਕੀ ਬਖਸ਼ਿਸ਼ ਕਰਦੇ ਹਨ
ਇੱਕ ਵਾਰ ਪਿਆਰ ਨਾਲ ਪਹਿਲੀ ਪੰਕਤੀ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਾ ਹੰਸ ਮਹੱਲਾ ਤੀਜਾ, ਰਸਨਾ ਹਰ ਸਾਧ ਲੱਗੀ ਸਹਿਜ ਸੁਭਾਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਡੀਕਲ ਸਾਇੰਸ ਇਸ ਗੱਲ ਨੂੰ ਮੰਨਦੀ ਆ ਕਿ ਜਿਹੜਾ ਸਰੀਰ ਵਿੱਚ ਸਾਡੇ ਬਲੱਡ ਬਣਦਾ ਨਾ, ਜਿਹਦੇ ਨਾਲ ਸਰੀਰ ਚੱਲ ਰਿਹਾ ਸੰਸਾਰ ਵਿੱਚ, ਮਨੁੱਖ ਦੁਆਰਾ ਬਾਹਰੋਂ ਖਾਧਾ ਹੋਇਆ ਭੋਜਨ ਜਦੋਂ ਸਰੀਰ ਦੇ ਅੰਦਰ ਸਹੀ ਦਿਸ਼ਾ ਵਿੱਚ ਪੰਚਨ ਕਿਰਿਆ ਵਿੱਚ ਚਲਿਆ ਜਾਂਦਾ ਹੈ ਤੇ ਸਰੀਰ ਵਿੱਚ ਅਕਾਲ ਪੁਰਖ ਵੱਲੋਂ ਇਹ ਸਿਸਟਮ ਬਣਾਇਆ ਜੋ ਜੋ ਪ੍ਰੋਟੀਨ ਸਰੀਰ ਨੂੰ ਚਾਹੀਦੇ ਨੇ ਬਲੱਡ ਬਣਾ ਕੇ ਉਸ ਖਾਣੇ ਵਿੱਚੋਂ ਸਰੀਰ ਵਿੱਚ ਜਜ਼ਬ ਹੋ ਜਾਂਦੇ ਨੇ, ਬਾਕੀ ਵਿਸਟਾ ਬਣ ਕੇ ਬਾਹਰ ਨਿਕਲ ਜਾਂਦਾ। ਇਹਦਾ ਮਤਲਬ ਮੁੱਖ ਦੁਆਰਾ ਬਾਹਰੋਂ ਖਾਧਾ ਹੋਇਆ ਭੋਜਨ ਸਰੀਰ ਚਲਾਉਣ ਲਈ ਬਲੱਡ ਬਣਾ ਕੇ ਪ੍ਰੋਟੀਨ ਬਣਾ ਕੇ ਉਹ ਸਰੀਰ ਲਈ ਸਾਰਥਕ ਹੈ, ਉਹ ਸਰੀਰ ਨੂੰ ਤਨ ਨੂੰ ਤੰਦਰੁਸਤ ਰੱਖਦਾ ਹੈ, ਸਰੀਰ ਨੂੰ ਸੰਸਾਰ ਵਿੱਚ ਚੱਲਣ ਦੀ ਸਮਰੱਥਾ ਦਿੰਦਾ ਹੈ, ਸਰੀਰ ਨੂੰ ਸੰਸਾਰ ਵਿੱਚ ਤੁਰਨ ਫਿਰਨ ਕੰਮ ਕਰਨ ਦੀ ਸ਼ਕਤੀ ਦਿੰਦਾ ਜਿਹੜਾ ਬਾਹਰੋਂ ਭੋਜਨ ਖਾਧਾ ਜਾਏ। ਤੇ ਸਾਹਿਬ ਕਹਿੰਦੇ ਨੇ ਤੇਰੇ ਮਨ ਨੂੰ ਸ਼ਕਤੀ ਕੌਣ ਦੇਗਾ, ਉਹ ਵੀ ਤੈਨੂੰ ਰਸਨਾ ਨਾਲ ਹੀ ਭੋਜਨ ਖਾਣਾ ਪਏਗਾ, ਪਹਿਲਾਂ ਰਸਨਾ ਨਾਲ ਜਪਣਾ ਪਏਗਾ ਸਤਨਾਮ ਸ੍ਰੀ ਵਾਹਿਗੁਰੂ। ਸਾਧ ਦਾ ਅਰਥ ਹੁੰਦਾ ਸਵਾਦ, ਭੁੱਖ ਲੱਗੀ ਹੋਵੇ ਪਰ ਭੋਜਨ ਸਵਾਦ ਨਾ ਹੋਵੇ ਅੰਦਰ ਨਹੀਂ ਲੰਘਦਾ। ਜਿਹੜਾ ਭੋਜਨ ਬਾਹਰੋਂ ਖਾਂਦੇ ਆ ਰਸਨਾ ਉਹਨੂੰ ਸਵਾਦ ਦਿੰਦੀ ਕਿ ਸਵਾਦ ਹੈ ਜਾਂ ਨਹੀਂ, ਉਹਦਾ ਨਮਕ ਮਿਠਾਸ ਜੋ ਕੁਝ ਵੀ ਦੱਸਦੀ ਇਹ ਜਿਹਦਾ ਦੱਸਦੀ ਹੈ। ਔਰ ਜੇ ਜੀਭਾਂ ਨੂੰ ਉਹ ਭੋਜਨ ਦਾ ਸਵਾਦ ਆਵੇ, ਇਹ ਸੱਚ ਹੈ, ਇਸ ਗੱਲ ਨੂੰ ਮਨੋਵਿਗਿਆਨੀ ਮੰਨਦੇ ਨੇ, ਜਿਹੜੀ ਚੀਜ਼ ਖਾਣ ਵਿੱਚ ਸਵਾਦ ਪੈਦਾ ਹੋਵੇ ਉਹ ਬਹੁਤ ਜ਼ਿਆਦਾ ਬਲ ਤੇ ਸ਼ਕਤੀ ਤਨ ਨੂੰ ਦਿੰਦੀ ਹੈ। ਤੇ ਸਾਹਿਬ ਕਹਿੰਦੇ ਨੇ ਸਿੱਖਾ ਜਿੱਦਣ ਤੇਰੀ ਰਸਨਾ ਨੂੰ ਵਾਹਿਗੁਰੂ ਸ਼ਬਦ ਦਾ ਸਵਾਦ ਆਉਣ ਲੱਗ ਪਿਆ ਉਦਣ ਤੇਰੇ ਮਨ ਨੂੰ ਵੀ ਉਹ ਸ਼ਕਤੀ ਦੇਗੀ। ਜਿੰਨੀ ਦੇਰ ਰਸਨਾ ਨੂੰ ਸਵਾਦ ਨਹੀਂ ਆਉਂਦਾ ਉਨੀ ਦੇਰ ਜਪਿਆ ਹੋਇਆ ਨਾਮ ਵੀ ਫੋਕਾ ਰਹਿ ਜਾਏਗਾ। ਇਸ ਲਈ ਬਹੁਤੇ ਲੋਕ ਇਸ ਰਸਤੇ ਤੋਂ ਵੀ ਭਟਕ ਗਏ ਜਿਹੜੇ ਕਹਿਣ ਲੱਗ ਪਏ ਜੀ ਨਹੀਂ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕੀ ਹੁੰਦਾ, ਇਹ ਤੇ ਤੋਤਾ ਰੱਟਣ। ਨਹੀਂ, ਭੁਲੇਖਾ ਹੈ। ਵਾਹਿਗੁਰੂ ਵਾਹਿਗੁਰੂ ਕਰਨ ਨਾਲ ਹੀ ਕਾਰਜ ਸਿੱਧ ਹੋਏਗਾ, ਰਸਨਾ ਨਾਲ ਜਪਣ ਨਾਲ ਹੀ ਅੱਗੇ ਬਲ ਗੱਲ ਤੁਰੇਗੀ। ਪਰ ਸਿੱਖਾ ਤੂੰ ਉਸ ਗੱਲ ਵਾਸਤੇ ਅਰਦਾਸ ਕਰ ਜਿਵੇਂ ਭੋਜਨ ਤੋਂ ਖਾਧਾ ਹੋਇਆ ਸਵਾਦ ਤੇਰੇ ਸਰੀਰ ਨੂੰ ਉਹ ਬਲ ਤੇ ਸ਼ਕਤੀ ਦਿੰਦਾ, ਏਦਾਂ ਭਜਨ ਵਿੱਚੋਂ ਵੀ ਤੇਰੀ ਰਸਨਾ ਨੂੰ ਸਵਾਦ ਆਉਣ ਲੱਗਦਾ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਬਖਸ਼ਿਸ਼ ਕੀਤੀ, ਕਹਿੰਦੇ ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ। ਇਸ ਰਸਨਾ ਨੂੰ ਗੁਰੂ ਨੇ ਇੱਕ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਕਿ ਹੁਣ ਸ਼ਬਦ ਵਿੱਚੋਂ ਨਾਮ ਵਿੱਚੋਂ ਇਹਨੂੰ ਸਵਾਦ ਆਉਣ ਲੱਗ ਪਿਆ। ਸਹਿਜ ਸੁਭਾਏ ਦਾ ਅਰਥ ਹੁਣ ਉਹ ਜਿਹੜਾ ਖਾਧਾ ਹੋਇਆ ਭੋਜਨ ਸੀ ਅੰਦਰ ਅਡੋਲ ਹੋਣ ਲੱਗ ਪਿਆ, ਟਿਕਣ ਲੱਗ ਪਿਆ। ਧਿਆਨ ਨਾਲ ਸੁਣਿਓ, ਮੈਡੀਕਲ ਸਾਇੰਸ ਮੰਨਦੀ ਹੈ ਇਸ ਗੱਲ ਨੂੰ, ਤੁਸੀਂ ਪੜ੍ਹੇ ਲਿਖੇ ਸੱਜਣ ਬੈਠੇ ਹੋ, ਜਿਹੜਾ ਭੋਜਨ ਖਾਧਾ ਹੋਇਆ ਪੇਟ ਵਿੱਚ ਜਾ ਕੇ ਪਚੇ ਨਾ ਉਹ
ਬਲੱਡ ਬਣਾ ਕੇ ਖੂਨ ਬਣਾ ਕੇ ਸਰੀਰ ਨੂੰ ਬਲ ਨਹੀਂ ਦਿੰਦਾ। ਬਹੁਤੇ ਲੋਕਾਂ ਦੇ ਸਰੀਰਾਂ ਵਿੱਚ ਜਦੋਂ ਖੂਨ ਬਣਨਾ ਬੰਦ ਹੋ ਜਾਂਦਾ, ਉਹਨਾਂ ਨੂੰ ਜਾ ਕੇ ਪੁੱਛੋ, ਡਾਕਟਰਾਂ ਕੋਲ ਲੱਖਾਂ ਰੁਪਈਆ ਖਰਚ ਕੇ ਆਪਣਾ ਬਲੱਡ ਬਦਲਾਉਂਦੇ ਨੇ, ਕਿਉਂਕਿ ਭੋਜਨ ਨਾਲ ਖਾਧਾ ਹੋਇਆ ਜੋ ਭੋਜਨ ਪ੍ਰਸ਼ਾਦਾ ਛਕਿਆ ਉਹਦੇ ਨਾਲ ਬਲੱਡ ਨਹੀਂ ਬਣਿਆ। ਇਹ ਕਰਤੇ ਪੁਰਖ ਦੀ ਇੱਕ ਕੁਦਰਤ ਦੀ ਬਹੁਤ ਵੱਡੀ ਦਾਤ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਤਾਂਹੀਓ ਸਾਨੂੰ ਹਰ ਵਕਤ ਸ਼ੁਕਰ ਕਰਨ ਲਈ ਕਿਹਾ, ਤੈਨੂੰ ਜ਼ਮੀਨ ਨਹੀਂ ਦਿੱਤੀ, ਜਾਇਦਾਦ ਨਹੀਂ ਦਿੱਤੀ, ਪੈਸਾ ਨਹੀਂ ਦਿੱਤਾ, ਉਸ ਗੱਲ ਦੀ ਚਿੰਤਾ ਨਾ ਕਰ, ਸਭ ਤੋਂ ਵੱਡਾ ਸ਼ੁਕਰ ਕਰ, ਰੱਬ ਨੇ ਤੈਨੂੰ ਤੰਦਰੁਸਤੀ ਦਿੱਤੀ ਹੈ, ਤੇਰੀ ਰਸਨਾ ਨਾ ਖਾਧਾ ਭੋਜਨ ਤੇਰੇ ਸਰੀਰ ਨੂੰ ਸ਼ਕਤੀ ਦਿੰਦਾ। ਜਿਨ੍ਹਾਂ ਕੋਲੋਂ ਰੱਬ ਤੰਦਰੁਸਤੀ ਖੋਹ ਲੈਂਦਾ, ਉਹ ਕਰੋੜਾਂ ਰੁਪਈਆ ਖਰਚ ਕੇ ਵੀ ਤੰਦਰੁਸਤੀ ਨਹੀਂ ਮਿਲਦੀ। ਰੱਬ ਨੇ ਇੱਕੋ ਇੱਕ ਸਰੀਰ ਦੇ ਅੰਦਰ ਇਹੋ ਜਿਹੀ ਤੇਰੇ ਮਸ਼ੀਨ ਪੈਦਾ ਕੀਤੀ, ਇਹੋ ਜਿਹੀ ਮਸ਼ੀਨ ਬਣਾ ਦਿੱਤੀ, ਤੂੰ ਭੋਜਨ ਰਸਨਾ ਨਾਲ ਖਾਂਦਾ, ਤੇ ਉਹ ਮਸ਼ੀਨ ਉਸ ਭੋਜਨ ਵਿੱਚੋਂ ਬਲੱਡ ਬਣਾ ਕੇ ਤੇਰੇ ਸਰੀਰ ਨੂੰ ਸ਼ਕਤੀ ਦਿੰਦੀ ਆ। ਔਰ ਜੇ ਉਹ ਭੋਜਨ ਪਚੇ ਨਾ, ਤੇ ਫਿਰ ਸਰੀਰ ਨੂੰ ਸ਼ਕਤੀ ਨਹੀਂ ਮਿਲੇਗੀ, ਤਾਕਤ ਨਹੀਂ ਮਿਲੇਗੀ, ਸਰੀਰ ਬਲਹੀਣ ਹੋ ਜਾਏਗਾ। ਸਾਹਿਬ ਕਹਿੰਦੇ ਇਹ ਕਰਤੇ ਪੁਰਖ ਨੇ ਇੱਕ ਨਦਰ ਕਿਰਪਾ ਕੀਤੀ, ਗੁਰੂ ਦੀ ਕਿਰਪਾ ਨਾਲ ਜਿਹੜਾ ਰਸਨਾ ਨਾਲ ਵਾਹਿਗੁਰੂ ਦਾ ਭੋਜਨ ਸ਼ਬਦ ਜਪਿਆ, ਉਹ ਚੋਂ ਸਵਾਦ ਆਉਣ ਲੱਗ ਪਿਆ। ਹੁਣ ਅਡੋਲਤਾ ਮਿਲ ਗਈ, ਉਹ ਟਿਕਣ ਲੱਗ ਪਿਆ, ਪੰਚਨ ਕਿਰਿਆ ਸਹੀ ਹੋ ਗਈ ਸ਼ਬਦ ਦੀ। ਨਹੀਂ ਤੇ ਸ਼ਬਦ ਜਪਣ ਤੋਂ ਬਾਅਦ ਕਈਆਂ ਨੂੰ ਪਚਦਾ ਨਹੀਂ। ਤਾਂਹੀਓ ਇੱਕ ਪੰਕਤੀ ਤੁਹਾਨੂੰ ਯਾਦ ਹੈ ਜਿੱਥੇ ਮਹਾਰਾਜ ਕਹਿੰਦੇ ਨੇ, ਜੇ ਕੋ ਖਾਵੇ ਜੇ ਕੋ ਭੁੰਚੈ, ਭੁੰਚੈ ਦਾ ਅਰਥ ਪਚਣਾ। ਖਾਣ ਨੂੰ ਤੇ ਸਾਰੇ ਖਾ ਲੈਂਦੇ ਨੇ, ਪਰ ਪਚਦਾ ਉਹਨੂੰ ਹੈ ਜਿਹਨੂੰ ਗੁਰੂ ਕਿਰਪਾ ਕਰੇ। ਜੇ ਕੋ ਖਾਵੇ ਜੇ ਕੋ ਭੁੰਚੈ, ਜੇ ਕੋਈ ਖਾਣ ਤੋਂ ਬਾਅਦ ਕਿਸੇ ਨੂੰ ਉਹ ਭੋਜਨ ਪਚਣ ਲੱਗਦਾ, ਜਿਹਨੂੰ ਅੱਜ ਸਾਹਿਬ ਨੇ ਕਿਹਾ ਸਹਿਜ ਸੁਭਾਏ, ਉਹ ਸਵਾਦ ਜਿਹੜਾ ਭੋਜਨ ਵਿੱਚੋਂ ਆਇਆ, ਸ਼ਬਦ ਵਿੱਚੋਂ ਆਇਆ, ਉਹ ਅੰਦਰ ਅਡੋਲ ਹੋਣ ਲੱਗ ਪਿਆ, ਟਿਕਣ ਲੱਗ ਪਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸ਼ਬਦ ਨੂੰ ਭਜਨ ਨੂੰ ਵੀ ਭੋਜਨ ਕਿਹਾ। ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ, ਜਿਤ ਖਾਇਆ ਹਮਕੋ ਤ੍ਰਿਪਤ ਪਈ। ਚਾਰੇ ਕਰਮ ਕਰਨ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਉਹਦੇ ਵਿੱਚ ਇਹ ਕਰਮ ਨਿਸ਼ਚਿਤ ਕੀਤਾ, ਸਿੱਖਾ ਇਹ ਤੇਰੀ ਰਹਿਤ ਹੈ, ਤੈਨੂੰ ਰਸਨਾ ਨਾਲ ਇਹ ਭੋਜਨ ਚੱਖਣਾ ਪੈਣਾ, ਰਸਨਾ ਨਾਲ ਰੋਜ਼ ਜਪੀ ਔਰ ਚਾਰ ਕਰਮ ਕਰੀ, ਫਿਰ ਤੇਰੀ ਸਤਿਗੁਰੂ ਨਾਲ ਪ੍ਰੀਤ ਬਣ ਜਾਏਗੀ। ਸ਼ਬਦ ਤੁਹਾਨੂੰ ਯਾਦ ਹੈ, ਜਿੱਥੇ ਮਹਾਰਾਜ ਪਹਿਲਾਂ ਕਰਮ ਕਹਿਣਗੇ ਅੰਤਰ ਗੁਰਿਆ ਰਦਣਾ, ਤੇ ਦੂਜਾ ਕਰਮ ਜੇ ਬਾ ਜਪ ਗੁਰਨਾਉ, ਰਸਨਾ ਹਰ ਸਾਦ ਲੱਗੀ ਸਹਿਜ ਸੁਭਾਏ। ਜੇ ਵਾ ਜਪ ਗੁਰਨਾਉ, ਨਿਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰਨਾਉ, ਸਤਿਗੁਰ ਸੇਤੀ ਰਤਿਆ, ਦਰਗਾਹ ਪਈਏ ਠਾਉ। ਤੇਰੀ ਰਸਨਾ ਜਪੇ ਔਰ ਉਸ ਤੋਂ ਅਗਲੀ ਗੱਲ, ਇਹਨੂੰ ਸ਼ਬਦ ਵਿੱਚੋਂ ਸਵਾਦ ਆਉਣ ਲੱਗਦਾ, ਰਸ ਆਉਣ ਲੱਗਦਾ, ਫਿਰ ਸਹਿਜ ਸੁਭਾਏ, ਅੰਦਰ ਇਹਨੂੰ ਪ੍ਰੀਤ ਲੱਗ ਜਾਏਗੀ ਸ਼ਬਦ ਨਾਲ ਔਰ ਅਡੋਲ ਹੋ ਕੇ ਟਿਕ ਜਾਏਗੀ। ਇੱਕ ਵਿਦਵਾਨਾਂ ਨੇ ਅਰਥ ਹੋਰ ਕੀਤੇ ਨੇ, ਜਪਦਿਆਂ ਜਪਦਿਆਂ ਗੁਰੂ ਦੀ ਇੱਕ ਨਦਰ ਕਿਰਪਾ ਹੋਈ ਕਿ ਰਸਨਾ ਸਹਿਜ ਸੁਭਾਏ ਜਪਣ ਲੱਗ ਗਈ। ਸਹਿਜ ਸੁਭਾਏ ਸਾਡੀ ਇੱਕ ਬੋਲੀ ਕਿ ਸਹਿਜ ਸੁਭਾਏ ਉਹ ਚੀਜ਼ ਨਿਕਲਣ ਲੱਗ ਪਈ ਅੰਦਰੋਂ। ਜਿਹੜੇ ਕਰਮ ਨੂੰ ਬਹੁਤ ਲੰਬਾ ਸਮਾਂ ਕੀਤਾ ਜਾਏ ਉਹ ਸਹਿਜ ਸੁਭਾਏ ਹੋਣ ਲੱਗ ਜਾਂਦਾ। ਧਿਆਨ ਨਾਲ ਸੁਣਿਓ, ਜਿਹੜਾ ਕਰਮ ਬਹੁਤ ਲੰਬਾ ਸਮਾਂ ਕੀਤਾ ਜਾਏ ਉਹਦੀ ਆਦਤ ਬਣ ਜਾਂਦੀ ਹੈ, ਹੈਬਿਟ ਬਣ ਜਾਂਦੀ, ਫਿਰ ਕਰਨਾ ਨਹੀਂ ਪੈਂਦਾ, ਆਪਣੇ ਆਪ ਹੁੰਦਾ, ਉਹਨੂੰ ਸਹਿਜ ਸੁਭਾਏ ਕਹਿੰਦੇ, ਆਪਣੇ ਆਪ ਹੀ ਹੋ ਰਿਹਾ। ਪਹਿਲੇ
ਪਹਿਲ ਕੋਈ ਵੀ ਕਰਨ, ਗੱਡੀ ਡਰਾਈਵ ਕਰਨੀ ਤੁਸੀਂ ਸਿੱਖ ਦਿਓ, ਪਰਤ ਤੇ ਫਿਰ ਉੱਧਰ ਧਿਆਨ ਨਹੀਂ ਦੇਣਾ ਪੈਂਦਾ, ਆਪਣੇ ਆਪ ਚੱਲਦਾ। ਇੱਕ ਸੱਜਣ ਕੋਈ ਰੇਡੀਓ ਤੇ ਇੰਟਰਵਿਊ ਦੇ ਰਿਹਾ ਸੀ, ਉਹਨੇ ਕਾਲ ਕਰਕੇ, ਸਿਰਫ 2-2.5 ਮਿੰਟ ਦੀ ਉਹਦੀ ਇੰਟਰਵਿਊ ਸੀ, ਔਰ ਬੜੀ ਹੈਰਾਨਗੀ ਦੀ ਗੱਲ, ਉਹਨੇ 2.5 ਮਿੰਟਾਂ ਵਿੱਚ ਘੱਟੋ ਘੱਟ 20-25 ਵਾਰ ਆਪਣੀ ਜ਼ੁਬਾਨ ਤੋਂ ਉਹ ਸ਼ਬਦ ਬੋਲ ਦਿੱਤਾ ਜਿਹੜਾ ਆਪਾਂ ਬੋਲ ਨਹੀਂ ਸਕਦੇ। ਔਰ ਇੰਟਰਵਿਊ ਲੈਣ ਵਾਲੇ ਨੇ ਬਾਅਦ ਵਿੱਚ ਕਿਹਾ, ਉਹਨੂੰ ਕਹਿੰਦੇ ਭਾਈ ਸਾਹਿਬ ਜੀ, ਤੁਸੀਂ ਹਰ ਗੱਲ ਦੇ ਨਾਲ ਮੰਦਾ ਸ਼ਬਦ ਬੋਲਦੇ ਹੋ, ਗਾਲ ਕੱਢ ਦਿੰਦੇ ਹੋ, 2.5 ਮਿੰਟ ਵਿੱਚ ਤੁਸੀਂ ਘੱਟੋ ਘੱਟ 20-25 ਵਾਰ ਇਹ ਸ਼ਬਦ ਬੋਲ ਦਿੱਤਾ। ਤੇ ਉਹਨੇ ਬਾਅਦ ਵਿੱਚ ਸੌਰੀ ਮੰਗੀ, ਕਹਿੰਦਾ ਜੀ ਮੈਨੂੰ ਪਤਾ ਨਹੀਂ ਲੱਗਾ। ਬੋਲਣ ਦਾ ਸੁਭਾਅ ਬਣ ਗਿਆ, ਜਿਸ ਤਰ੍ਹਾਂ ਦੀ ਬੋਲੀ ਵਿੱਚ ਚੱਲੋਗੇ ਉਹਦੀ ਹੈਬਿਟ ਬਣ ਜਾਏਗੀ, ਬੋਲਣ ਵਾਲੇ ਨੂੰ ਪਤਾ ਨਹੀਂ ਲੱਗੇਗਾ ਕਿ ਮੈਂ ਕੋਈ ਗਲਤ ਸ਼ਬਦ ਬੋਲ ਦਿੱਤਾ। ਉਹ ਗੱਲ ਗੱਲ ਉੱਤੇ ਮਾੜਾ ਸ਼ਬਦ ਬੋਲ ਕੇ ਉਹ ਸ਼ਬਦ ਨੂੰ ਯੂਜ਼ ਕਰੇਗਾ, ਕਿਉਂਕਿ ਉਹਦੀ ਆਦਤ ਬਣ ਗਈ। ਸਾਹਿਬ ਕਹਿੰਦੇ ਨੇ ਕਿਤੇ ਗੁਰੂ ਦੀ ਕਿਰਪਾ ਨਾਲ ਜਪ, ਜਿੱਦਣ ਰਸਨਾ ਨੂੰ ਸਵਾਦ ਆਉਣ ਲੱਗ ਗਿਆ, ਉੱਠਦਿਆਂ ਬਹਿੰਦਿਆਂ ਤੈਨੂੰ ਪਤਾ ਹੀ ਨਹੀਂ ਲੱਗੇਗਾ ਭਾਈ ਰਸਨਾ ਕਹੇਗੀ ਸਤਨਾਮ ਸ੍ਰੀ ਵਾਹਿਗੁਰੂ, ਫਿਰ ਤੂੰ ਸੁੱਤਿਆਂ ਵੀ ਜਪਣ ਲੱਗ ਜਾਏਗਾ ਸੁੱਤਿਆਂ ਵੀ। ਔਰ ਫਿਰ ਇੱਕ ਚੀਜ਼ ਹੋਰ ਹੋਏਗੀ ਜੋ ਬਹੁਤ ਭਾਗਾਂ ਵਾਲਿਆਂ ਨਾਲ ਵਰਤਦਾ, ਜਦੋਂ ਉਹ ਸੁਚੇਤ ਹੋ ਕੇ ਰਸਨਾ ਨਾਲ ਸ਼ਬਦ ਜਪਦੇ ਨੇ, ਗੁਰੂ ਦੀ ਹਜ਼ੂਰੀ ਵਿੱਚ ਜਪਦੇ ਨੇ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਸਿੱਖ ਇੱਕ ਵਾਰ ਵਾਹਿਗੁਰੂ ਕਹਿੰਦਾ, ਉਹ ਤੋਂ ਬਾਅਦ ਦਾ ਸਿਮਰਨ ਗੁਰੂ ਉਹਦੇ ਨਾਲ ਕਰਦਾ, ਇੱਕ ਪੌੜੀ ਸਿੱਖ ਪੜ੍ਹਦਾ, ਬਾਕੀ ਜਪਤੀ ਸਾਹਿਬ ਦੀਆਂ ਪੌੜੀਆਂ ਗੁਰੂ ਨਾਲ ਪੜ੍ਹਦਾ, ਕਿਉਂਕਿ ਗੁਰੂ ਨਾਲ ਰਹਿਣ ਲੱਗ ਜਾਂਦਾ, ਉਹ ਹਜ਼ੂਰੀ ਚ ਜਪਦਾ, ਫਿਰ ਉਹਦੇ ਵਿੱਚੋਂ ਸਵਾਦ ਰਸ ਉਹ ਨਾਲ ਰਹਿਣ ਲੱਗ ਪੈਂਦਾ। ਇੱਕ ਬੜੀ ਪਿਆਰੀ ਗੱਲ ਘਟਨਾ ਘਟੀ, ਅੰਗਰੇਜ਼ ਰਾਜ ਦੇ ਵੇਲੇ ਲਾਹੌਰ ਦੀ ਜੇਲ੍ਹ ਵਿੱਚ ਇੱਕ ਸਿੱਖ ਨੂੰ ਬੰਦ ਕਰ ਦਿੱਤਾ, ਪੰਥ ਵਿੱਚ ਉਹਨਾਂ ਦਾ ਬੜਾ ਅਦਬ ਸਤਿਕਾਰ ਹੈ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ। ਜਦੋਂ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਰੱਖਿਆ, ਉਹਨਾਂ ਦੀਆਂ ਬੜੀਆਂ ਪਿਆਰ ਵਾਲੀਆਂ ਬਾਤਾਂ ਜੇਲ੍ਹ ਚਿੱਠੀਆਂ ਪੜ੍ਹਨ ਵਾਸਤੇ ਸਿੱਖਾਂ ਨੂੰ ਮਿਲਦੀਆਂ ਨੇ। ਇੱਕ ਰਾਤ ਇਸ ਤਰ੍ਹਾਂ ਘਟਨਾ ਘਟੀ ਕਿ ਰਾਤ ਦੇ ਪਹਿਰੇਦਾਰ ਨੇ ਰੌਲਾ ਪਾ ਦਿੱਤਾ ਕਿ ਭਾਈ ਰਣਧੀਰ ਸਿੰਘ ਜੀ ਦੀ ਬੈਰਕ ਵਿੱਚ ਜੇਲ੍ਹ ਦੇ ਅੰਦਰ ਕੋਈ ਦੂਜਾ ਬੰਦਾ ਹੈ। ਰੌਲਾ ਪੈ ਗਿਆ, ਇੱਕਦਮ ਮਸ਼ਾਲਾਂ ਜਗਾ ਦਿੱਤੀਆਂ, ਲਾਈਟ ਜਗਾਈ, ਜੇਲਰ ਆਇਆ, ਹੋਰ ਸਿਪਾਹੀ ਆ ਗਿਆ, ਘੇਰਾ ਪੈ ਗਿਆ। ਫਿਰ ਉਹਨਾਂ ਨੇ ਉਹ ਜੇਲ੍ਹ ਦਾ ਲੋਕ ਖੋਲਿਆ ਤੇ ਜਿੰਦਾ ਖੋਲਣ ਤੋਂ ਬਾਅਦ ਪਹਿਰੇਦਾਰ ਦੀ ਗੱਲ ਸੁਣ ਕੇ ਜੇਲਰ ਪੁੱਛਦਾ, ਭਾਈ ਰਣਧੀਰ ਸਿੰਘ ਜੀ ਸੱਚੋ ਸੱਚ ਦੱਸੋ ਅੰਦਰ ਕੌਣ ਸੀ? ਤੇ ਭਾਈ ਰਣਧੀਰ ਸਿੰਘ ਜੀ ਹੱਸ ਕੇ ਕਹਿੰਦੇ ਨੇ ਜੇਲ੍ਹ ਸੁਪਰਡੈਂਟ ਨੂੰ, ਜੇਲਰ ਜੀ ਜੇ ਤੁਹਾਨੂੰ ਦੇਖਦੇ ਤੇ ਦੇਖ ਲਓ, ਮੇਰੇ ਤੋਂ ਕੀ ਪੁੱਛਦੇ? ਬਾਹਰ ਜਿੰਦਾ ਲੱਗਾ, ਜਿੰਦਰਾ ਤੁਸੀਂ ਆਪਣੇ ਹੱਥ ਨਾਲ ਖੋਲਿਆ, ਮੇਰੇ ਤੋਂ ਪੁੱਛਦੇ ਹੋ ਅੰਦਰ ਕੌਣ ਹੈ? ਜੇ ਤੁਹਾਨੂੰ ਦਿਸਦਾ ਤਾਂ ਦੇਖ ਲਓ। ਜੇਲ੍ਹ ਸੁਪਰਡੈਂਟ ਕਹਿੰਦਾ ਪਹਿਰੇਦਾਰ ਝੂਠ ਨਹੀਂ ਬੋਲ ਸਕਦਾ, ਇਹਨੇ ਕਿਹਾ ਅੰਦਰ ਲਾਈਟ ਜਗਦੀ ਸੀ, ਕੋਈ ਬੰਦਾ ਗੱਲਾਂ ਕਰ ਰਿਹਾ ਸੀ, ਮੈਨੂੰ ਦੋ ਜਣਿਆਂ ਦੇ ਹੁੰਗਾਰੇ ਦੀ ਆਵਾਜ਼ ਬਾਹਰ ਆ ਰਹੀ ਸੀ, ਸੱਚੋ ਸੱਚ ਦੱਸੋ ਭਾਈ ਰਣਧੀਰ ਸਿੰਘ ਜੀ ਅੰਦਰ ਕੌਣ ਸੀ? ਤੇ ਭਾਈ ਰਣਧੀਰ ਸਿੰਘ ਜੀ ਹੋਰਾਂ ਜਵਾਬ ਪਤਾ ਕੀ ਦਿੱਤਾ? ਕਹਿੰਦੇ ਜੇਲ੍ਹ ਸੁਪਰਡੈਂਟ ਨੂੰ, ਜੇਲ੍ਹ ਸੁਪਰਡੈਂਟ ਜੀ ਉਹ ਤੇ ਹੁਣ ਵੀ ਮੇਰੇ ਨਾਲ ਹੈ, ਤੁਹਾਨੂੰ ਨਹੀਂ ਦਿਸਦਾ ਤੇ ਮੈਂ ਕੀ ਕਰਾਂ? ਆਖੋ ਸਤਨਾਮ ਸ੍ਰੀ, ਜਿਹਨੂੰ ਪੁੱਛਦੇ ਹੋ ਤੁਹਾਡੇ ਨਾਲ ਕੌਣ ਸੀ, ਉਹ ਤੇ ਹੁਣ ਵੀ ਮੇਰੇ ਨਾਲ ਹੈ, ਤੁਹਾਨੂੰ ਨਹੀਂ ਦਿਸਦਾ ਤੇ ਮੈਂ ਕੀ ਕਰਾਂ? ਤੇ ਜੇਲ੍ਹ ਸੁਪਰਡੈਂਟ ਪੁੱਛਦਾ ਕੌਣ ਹੈ ਤੁਹਾਡੇ ਨਾਲ? ਬੜੇ ਪ੍ਰੇਮ ਤੇ ਵਿਰਾਗ ਵਿੱਚ ਕਿਹਾ, ਮੇਰੇ ਨਾਲ ਉਹ ਹੈ ਜਿਹਨੇ ਕਿਰਪਾ ਕਰਕੇ ਮੈਨੂੰ ਆਪਣੇ ਨਾਲ ਰੱਖ ਲਿਆ, ਹੁਣ ਉਹ 24 ਘੰਟੇ 8 ਪਹਿਰ ਮੇਰੇ ਨਾਲ ਰਹਿੰਦਾ। ਜੇਲ੍ਹ ਸੁਪਰਡੈਂਟ ਪੁੱਛਦਾ ਜੀ ਕੌਣ?
ਪ੍ਰੇਮ ਵਿਰਾਗ ਵਿੱਚ ਕਹਿੰਦੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ। ਵਾਹਿਗੁਰੂ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ। ਸਿਮਰ ਸਿਮਰ ਤਿਸ ਸਦਾ ਸੰਭਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਸਿਮਰ ਸਿਮਰ ਤਿਸ। ਕਹਿੰਦੇ ਹੁਣ ਉਹ ਮੇਰੇ ਨਾਲ ਰਹਿਣ ਲੱਗ ਪਿਆ, ਹੁਣ ਉਹ 24 ਘੰਟੇ ਮੇਰੇ ਨਾਲ ਰਹਿੰਦਾ। ਫਿਰ ਗੁਰੂ ਸਿੱਖ ਦੇ ਨਾਲ ਰਹਿਣ ਲੱਗ ਪੈਂਦਾ। ਜਿਹੜਾ ਸਿੱਖ ਗੁਰੂ ਦੀ ਹਜ਼ੂਰੀ ਵਿੱਚ ਜਪੇ, ਗੁਰੂ ਨੂੰ ਆਪਣੇ ਨਾਲ ਮੰਨਣ ਲੱਗਦਾ ਕਿ ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤੇ ਨਾ ਪਇਓ ਦੁਰਾਈ। ਫਿਰ ਮੇਰਾ ਗੁਰੂ ਵੀ ਉਹਦੇ ਨਾਲ ਰਹਿਣ ਲੱਗ ਜਾਂਦਾ। ਅੱਜ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ, ਕਹਿੰਦੇ ਰਸਨਾ ਨੂੰ ਸਵਾਦ ਆਉਣ ਲੱਗ ਪਿਆ। ਹੁਣ ਅਡੋਲ ਸਹਿ ਸੁਪਾਏ ਪ੍ਰੇਮ ਵਿੱਚ ਇਹ ਅੰਦਰ ਦਾ ਮਨ ਟਿਕਣ ਲੱਗ ਪਿਆ ਹੈ। ਮਨ ਤ੍ਰਿਪਤਿਆ ਹਰ ਨਾਮ ਧਿਆਈ। ਜਿਹੜਾ ਮਨ ਸੀ ਹੁਣ ਤ੍ਰਿਪਤ ਹੋਣ ਲੱਗ ਪਿਆ। ਕਾਹਦੇ ਨਾਲ? ਤ੍ਰਿਪਤ ਮੀਨਿੰਗ ਰੱਜ ਜਾਣਾ, ਟਿਕ ਜਾਣਾ। ਔਰ ਜਿਹੜਾ ਰਸਨਾ ਨਾਲ ਜਪੇ ਸ਼ਬਦ ਦਾ ਸਵਾਦ ਆਇਆ, ਉਹ ਅੰਦਰ ਜਾ ਕੇ ਟਿਕਣ ਲੱਗ ਪਿਆ ਤੇ ਉਹਦੀ ਵਰਕਤ ਦੇ ਨਾਲ ਮਨ ਵੀ ਟਿਕਿਆ, ਮਨ ਤ੍ਰਿਪਤ ਹੋ ਗਿਆ। ਪਰ ਇਹ ਸਭ ਕੁਝ ਕਾਹਦੇ ਨਾਲ ਹੋਇਆ? ਗੁਰੂ ਦੇ ਦਿੱਤੇ ਨਾਮ ਧਿਆਉਣ ਨਾਲ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਹੀਂ ਤੇ ਇਸ ਮਨ ਨੂੰ ਮਹਾਰਾਜ ਜੀ ਨੇ ਬਾਣੀ ਅੰਦਰ ਕਿਹਾ, ਮਨ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁੱਟੀ ਹੈ। ਮਨ ਵਿੱਚ ਤੇ ਲੱਖਾਂ ਹੀ ਫੁਰਨੇ ਉੱਠਦੇ ਨੇ, ਮਰਦੇ ਰਹਿੰਦੇ ਨੇ, ਉੱਠਦੇ ਰਹਿੰਦੇ ਨੇ। ਇਹ ਮਨ ਤੇ ਸਾਰਾ ਦਿਨ ਨਹੀਂ ਉਹ ਟਿਕਦਾ, ਸੁੱਤਿਆਂ ਪਿਆਂ ਵੀ ਸੁਪਨਿਆਂ ਚ ਗਵਾਚ ਜਾਂਦਾ। ਫਿਰ ਇਹ ਮਨ ਕਿਵੇਂ ਟਿਕ ਸਕਦਾ? ਨਾਨਕ ਗੁਰ ਪ੍ਰਸਾਦੀ ਛੁੱਟੀ ਹੈ ਜੇ ਚਿੱਤ ਲੱਗੇ ਸੱਚ। ਜੇ ਗੁਰੂ ਦੀ ਕਿਰਪਾ ਨਾਲ ਸੱਚ ਨਾਲ ਜੁੜਨ ਲੱਗ ਜਾਏ, ਫਿਰ ਇਹ ਤ੍ਰਿਪਤ ਹੋ ਜਾਂਦਾ, ਫਿਰ ਇਹ ਟਿਕ ਜਾਂਦਾ। ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਬੜੀ ਪਿਆਰੀ ਗੱਲ ਕਹੀ, ਆਪਣੇ ਸਾਰਿਆਂ ਦੇ ਕੰਮ ਆਏਗੀ। ਮਨ ਦੋਏ ਪਾਸੇ ਕੰਮ ਕਰਦਾ, ਚਾਹੇ ਇਹਨੂੰ ਸੰਸਾਰ ਵੱਲ ਦੇ ਪਾਸੇ ਵਰਤ ਲਓ, ਚਾਹੇ ਨਿਰੰਕਾਰ ਵੱਲ ਦੇ ਪਾਸੇ ਵਰਤ ਲਓ, ਚਾਹੇ ਇਹਨੂੰ ਪੁੰਨ ਵੱਲ ਦੇ ਪਾਸੇ ਲੈ ਜਾਓ, ਚਾਹੇ ਪਾਪ ਵੱਲ ਦੇ ਪਾਸੇ ਲੈ ਲਓ। ਇਹ ਮਨ ਪੁੰਨ ਪਾਪ ਉੱਚਰੇ ਦੋਵੇਂ ਕੰਮ ਕਰਦਾ। ਇਹਨੂੰ ਭਾਈ ਗੁਰਦਾਸ ਸਾਹਿਬ ਨੇ ਕਿਹਾ, ਮਨ ਪਤਾ ਕੀ? ਕਹਿੰਦੇ ਪਾਰਾ ਪਾਰਾ, ਕੱਚਾ ਪਾਰਾ। ਜੇ ਕੋਈ ਕੱਚਾ ਪਾਰਾ ਖਾ ਲੈ, ਆਯੁਰਵੈਦਿਕ ਕਹਿੰਦੇ ਨੇ, ਜੇ ਕੋਈ ਕੱਚਾ ਪਾਰਾ ਖਾ ਲਵੇ, ਉਹਦੇ ਸਰੀਰ ਨੂੰ ਰੋਗ ਲੱਗ ਜਾਂਦੇ ਨੇ, ਹਟਦੇ ਨਹੀਂ। ਫਿਰ ਬਹੁਤੇ ਲੋਕ ਪਿਛਲੇ ਜ਼ਮਾਨੇ ਵਿੱਚ ਬੈਰ ਕੱਢਣ ਵਾਸਤੇ ਖਾਣੇ ਵਿੱਚ ਕੱਚਾ ਪਾਰਾ ਮਿਲਾ ਕੇ ਖਿਲਾ ਦਿੰਦੇ ਸੀ, ਉਹ ਬੰਦਾ ਪੂਰੀ ਉਮਰ ਦੇ ਰੋਗੀ ਹੋ ਜਾਂਦਾ ਸੀ। ਜਿਹੜਾ ਕੱਚਾ ਪਾਰਾ ਖਾ ਲੈ, ਪਹਿਲੀ ਗੱਲ ਤੇ ਖਾਣਾ ਔਖਾ ਹੈ, ਜੇ ਕੋਈ ਧੋਖੇ ਨਾਲ ਖਿਲਾ ਦੇ ਤੇ ਉਹਦੇ ਸਰੀਰ ਨੂੰ ਰੋਗ ਚਿੰਬੜ ਜਾਂਦਾ। ਭਾਈ ਗੁਰਦਾਸ ਸਾਹਿਬ ਕਹਿੰਦੇ, ਪਾਰੇ ਦੀ ਇੱਕ ਖੂਬੀ ਵੀ ਆ, ਜੇ ਕੋਈ ਪਾਰੇ ਨੂੰ ਵੈਦਿਕ ਨੁਕਤੇ ਨਾਲ ਭਸਮ ਕਰਕੇ ਪਾਰੇ ਦੀ ਦਵਾਈ ਬਣਾ ਕੇ ਕਿਸੇ ਨੂੰ ਦੇ ਦੇ, ਫਿਰ 20-20 ਸਾਲ ਦੇ ਲੱਗੇ ਰੋਗ ਪਾਰੇ ਨਾਲ ਹਟ ਵੀ ਜਾਂਦੇ ਨੇ। ਇਹ ਮਨ ਕੱਚੇ ਪਾਰੇ ਦੀ ਤਰ੍ਹਾਂ,
ਇਸ ਸੰਸਾਰ ਵਿੱਚ ਵਿਕਾਰ ਕਰਾਉਂਦਾ, ਬੁਰੇ ਪਾਸੇ ਤੁਰਦਾ, ਸਦਾ ਹੀ ਭੁੱਖਾ ਰਹਿੰਦਾ। ਪਰ ਜਿੱਦਣ ਗੁਰੂ ਦੇ ਸ਼ਬਦ ਦੀ ਭੱਠੀ ਵਿੱਚ ਪੱਕ ਜਾਂਦਾ, ਉਦਣ ਭਸਮ ਹੋਣ ਤੋਂ ਬਾਅਦ ਇਹੀ ਮਨ ਬੰਦੇ ਨੂੰ ਸੰਸਾਰ ਤੋਂ ਮੁਕਤ ਕਰਾ ਦਿੰਦਾ ਹੈ। ਉਹੀਓ ਮਨ ਜੈਸੇ ਕੱਚੋ ਪਾਰੋ ਮਹਾਂ ਬਿਖਮ ਖਾਇਓ ਨਾ ਜਾਤ। ਭਾਈ ਗੁਰਦਾਸ ਜੀ ਕਹਿੰਦੇ ਮਾਰੇ ਨੈ ਕਲੰਕ ਹੋਏ ਕਲੰਕ ਨ ਮਿਟਾਵਈ। ਜੇ ਪਾਰੇ ਨੂੰ ਮਾਰ ਕੇ ਭਸਮ ਕਰਕੇ ਖੜਾ ਦਿੱਤਾ ਜਾਏ, ਦਵਾਈ ਬਣ ਕੇ ਕੋਈ ਖਾਵੇ, ਤੇ ਕਹਿੰਦੇ ਫਿਰ ਕਈ ਕਈ ਸਾਲਾਂ ਦੇ ਰੋਗ ਵੀ ਹਟ ਜਾਂਦੇ ਉਹਨਾਂ। ਮਾਰੇ ਨੇ ਕਲੰਕ ਹੋਏ ਕਲੰਕ ਨ ਮਿਟਾਵਈ, ਤੈਸੇ ਮਨ ਸ਼ਬਦ ਵਿਚਾਰ ਮਾਰ ਹੋਮੈ ਮੇਟ, ਪਰ ਉਪਕਾਰੀ ਹੋਏ ਵਿਕਾਰ ਨ ਘਟਾਵਈ। ਏਦਾਂ ਇਹ ਮਨ ਹੈ, ਗੁਰੂ ਦੇ ਸ਼ਬਦ ਨਾਲ ਜਿੱਦਣ ਜੁੜ ਕੇ ਵਿਚਾਰ ਵਿੱਚ ਭਸਮ ਹੁੰਦਾ, ਉਸ ਦਿਨ ਤੋਂ ਬਾਅਦ ਇਹ ਪਰਉਪਕਾਰੀ ਹੋ ਜਾਂਦਾ, ਇਹਦੇ ਵਿਕਾਰ ਘਟਣੇ ਸ਼ੁਰੂ ਹੋ ਜਾਂਦੇ ਮਨ ਦੇ। ਅੱਜ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ, ਕਹਿੰਦੇ ਮਨ ਤ੍ਰਿਪਤਿਆ ਹਰ ਨਾਮ ਧਿਆਏ। ਜਿਵੇਂ ਇਹ ਸ਼ਬਦ ਨਾਲ ਜੁੜਿਆ, ਇਹ ਤ੍ਰਿਪਤ ਹੋ ਗਿਆ, ਭਸਮ ਹੋ ਗਿਆ, ਇਹ ਮਨ ਹੁਣ ਦਵਾਈ ਬਣ ਗਿਆ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜਾਓ ਉਨ ਮਨ ਰਹਿ, ਤੋ ਤੀਨ ਲੋਕ ਕੀ ਬਾਤਾਂ ਕਹੇ। ਜਿੱਦਣ ਇਹ ਮਨ ਤ੍ਰਿਪਤ ਹੋ ਕੇ ਟਿਕਦਾ, ਇਹ ਤਿੰਨਾਂ ਲੋਕਾਂ ਦਾ ਗਿਆਨ ਲੈ ਲੈਂਦਾ, ਇਹਨੂੰ ਦੂਰ ਤੱਕ ਦਿਸਣ ਲੱਗ ਜਾਂਦਾ, ਨਹੀਂ ਤੇ ਸੰਸਾਰ ਦੇ ਫੁਰਨਿਆਂ ਵਿੱਚ ਹੀ ਗੁਆਚਿਆ ਰਹੇ। ਇੱਕ ਬਚਨ ਹੋਰ ਸੁਣਿਓ, ਸਾਹਿਬ ਕਹਿੰਦੇ ਮਨਮੁਖ ਮਨ ਅਜਿੱਤ ਹੈ। ਜਿਹੜਾ ਮਨ ਹੈ ਨਾ ਉਹ ਅਜਿੱਤ ਆ, ਅਜਿੱਤ, ਇਹਨੂੰ ਜਿੱਤਿਆ ਨਹੀਂ ਜਾ ਸਕਦਾ। ਪਰ ਕਿਹਦੇ ਵਾਸਤੇ ਕਿਹਾ? ਕਹਿੰਦੇ ਮਨਮੁਖ ਤੋਂ ਨਹੀਂ ਜਿੱਤਿਆ ਜਾਂਦਾ, ਗੁਰਮੁਖ ਤਾਂ ਜਿੱਤ ਲੈਂਦੇ ਨੇ ਜਪ ਕੇ ਸਤਨਾਮ ਸ੍ਰੀ ਵਾਹਿਗੁਰੂ। ਮਨਮੁਖ ਮਨ ਅਜਿੱਤ ਹੈ, ਦੂਜੇ ਲੱਗੇ ਜਾਏ ਤਿਸ ਨੂੰ ਸੁਖ ਸੁਪਨੇ ਨਹੀਂ ਦੁੱਖੇ ਦੁੱਖ ਵਿਹਾਏ। ਅਜਿੱਤ ਮਨ ਮਨਮੁਖ ਬੰਦੇ ਦਾ ਉਹਨੂੰ ਸਦਾ ਦੁੱਖ ਹੀ ਦਿੰਦਾ, ਵਿਕਾਰ ਹੀ ਕਰਾਉਂਦਾ, ਜਾਗਦਿਆਂ ਵੀ ਬੁਰੇ ਪਾਸੇ ਭਟਕਾਉਂਦਾ ਰਹਿੰਦਾ, ਸੁੱਤਿਆਂ ਵੀ ਭਟਕਾਉਂਦਾ। ਤਿਸ ਨੂੰ ਸੁੱਖ ਸੁਪਨੇ ਨਹੀਂ ਦੁੱਖੇ ਦੁੱਖ ਵਿਹਾਏ। ਹੁਣ ਸੁਣਿਓ ਅਗਲੀ ਗੱਲ, ਕਹਿੰਦੇ ਘਰ ਘਰ ਪੜ ਪੜ ਪੰਡਿਤ ਥੱਕੇ ਸਿੱਧ ਸਮਾਦ ਲਗਾਏ, ਇਹ ਮਨ ਵਸ ਨਾ ਆਵਈ ਥੱਕੇ ਕਰਮ ਕਮਾਏ। ਇਹਨੂੰ ਪੜ੍ਹਨ ਵਾਲੇ ਪੜ੍ਹ ਪੜ੍ਹ ਕੇ ਥੱਕ ਗਏ, ਗ੍ਰੰਥਾਂ ਨੂੰ ਸਮਧੀਆਂ ਲਾਉਣ ਵਾਲੇ ਸਮਧੀਆਂ ਲਾ ਕੇ ਥੱਕ ਗਏ, ਇਹ ਮਨ ਵਸ ਵਿੱਚ ਨਹੀਂ ਆਉਂਦਾ। ਭੇਖ ਧਾਰੀ ਭੇਖ ਕਰ ਥੱਕੇ ਅੱਠ ਸੱਠ ਤੀਰਥ ਨਹਾਏ, ਮਨ ਕੀ ਸਾਰਣਾ ਜਾਣਨੀ ਹੋਮੈ ਭਰਮ ਪੁਲਾਏ। ਭੇਖ ਕਰਨ ਵਾਲੇ ਥੱਕ ਗਏ, ਮਨ ਦੀ ਸਾਰ ਨਹੀਂ ਆਏ, ਹੋਮੇ ਹੰਕਾਰ ਵਿੱਚ ਹੀ ਉਹਨਾਂ ਦੇ ਕਰਮ ਲੰਘ ਗਏ। ਪੁੱਛਿਆ ਜੀ ਫਿਰ ਮਨ ਵਸ ਵਿੱਚ ਕਿਵੇਂ ਆਉਂਦਾ, ਫਿਰ ਇਹ ਮਨ ਕਿਵੇਂ ਪਕੜ ਵਿੱਚ ਆਏ? ਤੇ ਸੱਚੇ ਪਾਤਸ਼ਾਹ ਕਹਿੰਦੇ ਗੁਰ ਪ੍ਰਸਾਦੀ ਛੁੱਟੀ ਹੈ, ਗੁਰੂ ਦੀ ਕਿਰਪਾ ਨਾਲ ਇਹ ਮਨ ਸੰਸਾਰ ਤੋਂ ਛੁੱਟਦਾ, ਗੁਰੂ ਦੀ ਕਿਰਪਾ ਨਾਲ ਇਹ ਵਸ ਵਿੱਚ ਆਉਂਦਾ। ਪਰ ਗੁਰੂ ਫਿਰ ਇੱਕ ਗੱਲ ਕਹੇਗਾ, ਜੇ ਮਨ ਨੂੰ ਟਿਕਾਉਣਾ, ਜਿਹੜੇ ਟਿਕੇ ਹੋਏ ਰੋਜ਼ ਗੁਰੂ ਕੋਲ ਬਹਿੰਦੇ ਨੇ ਉਹਨਾਂ ਦੇ ਰਾਹੀਂ ਮੇਰੇ ਤੱਕ ਆ, ਸੰਗਤ ਦੇ ਰਾਹੀਂ ਮੇਰੇ ਕੋਲ ਆਈ, ਫਿਰ ਇਹ ਮਨ ਵਸ ਵਿੱਚ ਆ ਜਾਏਗਾ। ਸਾਧ ਸੰਗਤ ਤਰ ਗੁਰ ਕੀ ਕਿਰਪਾ ਤੇ ਪਕੜਿਓ ਗੱਡ ਕੋ ਰਾਜਾ, ਇਸ ਕਿਲੇ ਦਾ ਰਾਜਾ ਮਨ ਸਾਧ ਸੰਗਤ ਤੇ ਗੁਰੂ ਦੀ ਕਿਰਪਾ ਨਾਲ ਪਕੜ ਵਿੱਚ ਆ ਜਾਏਗਾ।
ਅੱਜ ਮੇਰੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ, ਮਨ ਤ੍ਰਿਪਤਿਆ ਹਰ ਨਾਮ ਧਿਆਏ, ਇਹ ਮਨ ਫਿਰ ਤ੍ਰਿਪਤ ਹੋ ਗਿਆ, ਰੱਜ ਗਿਆ ਸੰਸਾਰ ਵੱਲੋਂ ਵੀ, ਕਿਉਂਕਿ ਗੁਰੂ ਨੇ ਅੰਦਰ ਸ਼ਬਦ ਦਾ ਰਸ ਬਖਸ਼ ਦਿੱਤਾ ਹੈ। ਸਦਾ ਸੁਖ ਸੱਚ ਸ਼ਬਦ ਵਿਚਾਰੀ, ਕਹਿੰਦੇ ਸਦਾ ਵਾਸਤੇ ਮਨ ਨੂੰ ਸੁੱਖ ਮਿਲ ਗਿਆ, ਪਰ ਮਿਲਿਆ ਕਾਹਦੇ ਨਾਲ? ਸ਼ਬਦ ਵਿਚਾਰੀ। ਜਦੋਂ ਮਨ ਗੁਰੂ ਦੇ ਸ਼ਬਦ ਦੀ ਵਿਚਾਰ ਵਿੱਚ ਰਹਿਣ ਲੱਗ ਪਿਆ, ਜਦੋਂ ਮਨ ਗੁਰੂ ਦੇ ਭੈ ਵਿੱਚ ਰਹਿਣ ਲੱਗ ਪਿਆ, ਜਦੋਂ ਗੁਰੂ ਦਾ ਡਰ ਮਨ ਨੇ ਮੰਨ ਲਿਆ, ਉਦੋਂ ਇਹ ਸਦਾ ਸੁੱਖ ਵਾਸਤੇ ਟਿਕ ਗਿਆ, ਇਹ ਸਦਾ ਸਦੀਵੀ ਕਾਲ ਲਈ ਸੁਖੀ ਹੋ ਗਿਆ। ਹੁਣ ਇਹਨੂੰ ਸੰਸਾਰ ਦੇ ਫੁਰਨੇ ਤੰਗ ਨਹੀਂ ਕਰਦੇ, ਹੁਣ ਇਹ ਕਿਸੇ ਦੇ ਧਨ ਉੱਤੇ ਲੋਭੀ ਨਹੀਂ ਹੁੰਦਾ, ਕਿਸੇ ਦੇ ਪਦਾਰਥ ਵੇਖ ਕੇ ਦੇ ਮਨ ਵਿੱਚ ਈਰਖਾ ਪੈਦਾ ਨਹੀਂ ਹੁੰਦੀ, ਕਿਸੇ ਦੇ ਸੁੱਖ ਵੇਖ ਕੇ ਮਨ ਸੜਦਾ ਨਹੀਂ। ਨਹੀਂ ਤੇ ਮਾਫ ਕਰਿਓ, ਮਨੁੱਖੀ ਮਾਨਸਿਕ ਹਾਲਤ ਹੈ ਬੰਦੇ ਦੀ, ਆਪਣੇ ਦੁੱਖਾਂ ਤੋਂ ਬੰਦਾ ਇੰਨਾ ਦੁਖੀ ਨਹੀਂ ਜਿੰਨਾ ਦੂਜੇ ਦੇ ਸੁੱਖਾਂ ਤੋਂ ਦੁਖੀ ਹੋ ਰਿਹਾ। ਉਹਨੂੰ ਕਿਉਂ ਸੁੱਖ ਮਿਲ ਗਿਆ? ਆਪਣੇ ਘਾਟੇ ਤੋਂ ਇੰਨਾ ਦੁਖੀ ਨਹੀਂ ਜਿੰਨਾ ਕਿਸੇ ਦੇ ਲਾਭ ਤੋਂ ਦੁਖੀ ਹੋ ਰਿਹਾ, ਉਹਦਾ ਕੰਮ ਕਿਉਂ ਵੱਧ? ਇਹ ਸਭ ਕੁਝ ਅੰਦਰ ਦਾ ਸੁੱਖ ਫਿਰ ਟਿਕਾਓ ਵਿੱਚ ਮਿਲ ਜਾਂਦਾ। ਜਦੋਂ ਸਾਹਿਬ ਨੇ ਕਿਹਾ ਮਨ ਸ਼ਬਦ ਦੀ ਵਿਚਾਰ ਵਿੱਚ ਟਿਕਦਾ, ਫਿਰ ਇਹ ਮਨ ਸਦੀਵੀ ਕਾਲ ਲਈ ਸੁਖੀ ਹੁੰਦਾ ਹੈ। ਆਪਣੇ ਸਤਿਗੁਰ ਵਿਟੋਹਾ ਸਦਾ ਬਲਿਹਾਰੀ, ਗੁਰਪ੍ਰਸਾਦ ਗੁਰੂ ਦੀ ਕਿਰਪਾ ਤੋਂ ਬਗੈਰ ਇਹ ਘਟਨਾ ਨਹੀਂ ਘਟੇਗੀ। ਆਪਣੇ ਸਤਿਗੁਰ ਤੋਂ ਬਲਿਹਾਰ ਤੇ ਕੁਰਬਾਨ ਜਾਈਏ ਸਦਾ, ਜਿਸ ਸਤਿਗੁਰ ਨੇ ਇਸ ਮਨ ਨੂੰ ਟਿਕਾ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਾਹੌਰ ਤੋਂ ਚੱਲ ਕੇ ਸਿੱਖ ਆਏ। ਸਿੱਖਾਂ ਵਿੱਚ ਇੱਕ ਜਥੇਦਾਰ ਆ ਭਾਈ ਆਲਮ ਸਿੰਘ ਨੱਚਣਾ, ਇਤਿਹਾਸ ਵਿੱਚ ਉਹਦਾ ਨਾਂ ਆਇਆ। ਉਹਨੇ ਹੱਥ ਜੋੜ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਜੋ ਤੁਸੀਂ ਨਿਤਨੇਮ ਦਿੱਤਾ ਹੋਇਆ ਉਹ ਸਵੇਰੇ ਸ਼ਾਮ ਕਰੀਦਾ। ਮਹਾਰਾਜ ਦਿਨ ਦੇ ਵੇਲੇ ਦੁਕਾਨ ਦਾ ਕੰਮ, ਸੰਸਾਰ ਦਾ ਕੰਮ, ਪਰਿਵਾਰ ਦਾ ਕੰਮ, ਪਰ ਇੱਕ ਬੇਨਤੀ ਸੱਚੇ ਪਾਤਸ਼ਾਹ, ਜਿਹੜੀ ਸੱਚਾਈ ਤੁਸੀਂ ਘੱਟ ਘੱਟ ਦੀਆਂ ਜਾਣਨ ਵਾਲੇ ਹੋ, ਤੁਸੀਂ ਜਾਣਦੇ ਹੋ ਮਹਾਰਾਜ, ਸਵੇਰੇ ਸ਼ਾਮ ਤੁਹਾਡੀ ਬਾਣੀ ਦਾ ਨੇਮ ਤੇ ਕਰ ਲਈਦਾ, ਪਰ ਅੰਦਰ ਦਾ ਮਨ ਟਿਕਦਾ ਨਹੀਂ, ਕੀ ਕਰੀਏ? ਦੇਖੋ ਇਹ ਸਾਡੇ ਸਾਰਿਆਂ ਦਾ ਸਵਾਲ ਹੈ, ਔਰ ਗੁਰੂ ਨੂੰ ਕਰਨਾ ਚਾਹੀਦਾ। ਫਿਰ ਗੁਰੂ ਉਹਦਾ ਹੱਲ ਵੀ ਦੱਸਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ, ਸੱਚੇ ਪਾਤਸ਼ਾਹ, ਤੁਸੀਂ ਘੱਟ ਘੱਟ ਦੀਆਂ ਜਾਣਦੇ ਹੋ ਮਹਾਰਾਜ, ਬਾਣੀ ਤੇ ਪੜ ਲਈਦੀ ਹੈ, ਪਾਪੀ ਮਨ ਨਹੀਂ ਟਿਕਦਾ, ਕੋਈ ਇਹਦਾ ਇਲਾਜ ਦੱਸ ਦਿਓ। ਤੁਸੀਂ ਸਿਆਣੇ ਸੱਜਣ ਬੈਠੇ ਹੋ, ਮੈਥੇਮੈਟਿਕਸ ਵਿੱਚ ਇੱਕ ਨੁਕਤਾ ਹੈ ਕਿ ਕਈ ਵਾਰ ਪੂਰੀ ਨੰਬਰੀ ਪੂਰੀ ਐਕਸਰਸਾਈਜ਼ ਦਾ ਇੱਕੋ ਹੀ ਫਾਰਮੂਲਾ ਕੰਮ ਕਰਦਾ, ਸਾਰੇ ਸਵਾਲ ਹੱਲ ਹੋ ਜਾਂਦੇ ਫਾਰਮੂਲੇ ਨਾਲ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪ੍ਰਸੰਨ ਹੋ ਕੇ ਫਿਰ ਸਿੱਖਾਂ ਨੂੰ ਫਾਰਮੂਲਾ ਦੱਸਦੇ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇੱਕ ਕਥਾ ਆਈ, ਕਲਗੀਧਰ ਪਾਤਸ਼ਾਹ ਫਿਰ ਭਾਈ ਆਲਮ ਸਿੰਘ ਨੂੰ ਤੇ ਨਾਲ ਦੇ ਸਿੱਖਾਂ ਨੂੰ ਬਿਠਾ ਲਿਆ। ਹਜ਼ੂਰ ਨੇ ਇੱਕ ਬਚਨ ਕਿਹਾ, ਭਾਈ ਆਲਮ ਸਿੰਘ ਜੀ, ਦਿਨ ਵਿੱਚ ਕਿੰਨੀ ਵਾਰ ਪ੍ਰਸ਼ਾਦਾ ਛਕਦੇ ਹੋ ਬੇਟਾ? ਉਹਨੇ ਕਿਹਾ, ਮਹਾਰਾਜ ਦੋ ਵਾਰ ਤੇ ਪੱਕਾ ਹੀ ਆ, ਕਈ ਵਾਰ ਦੁਪਹਿਰੇ ਵੀ ਛਕ ਲਈਦਾ, ਤਿੰਨ ਵਕਤ ਵੀ ਛਕ ਲਈਦਾ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਫਾਰਮੂਲਾ ਦਿੱਤਾ ਜਿਹੜਾ ਸਾਡੇ ਵੀ ਕੰਮ ਆਉਣ ਵਾਲਾ। ਕਲਗੀਧਰ ਪਾਤਸ਼ਾਹ ਬੋਲੇ, ਕਹਿੰਦੇ ਭਾਈ ਆਲਮ ਸਿੰਘ ਜੀ, ਜਦੋਂ ਸਵੇਰੇ ਪ੍ਰਸ਼ਾਦਾ ਛਕਦੇ ਹੋ ਨਾ, ਛਕਣ ਤੋਂ ਬਾਅਦ ਸ਼ੁਕਰ ਕਰਦੇ ਹੋ? ਕਹਿੰਦੇ ਮਹਾਰਾਜ ਅਰਦਾਸ ਕਰੀਦੀ ਹੈ। ਤਾਂ ਸੱਚੇ ਪਾਤਸ਼ਾਹ ਕਹਿੰਦੇ, ਉਦੋਂ ਇੱਕ ਕੰਮ ਕਰਿਓ, ਸਵੇਰੇ ਪ੍ਰਸ਼ਾਦਾ ਛੱਕ ਕੇ ਆਪਣੀ ਮੌਤ ਚੇਤੇ ਕਰ ਲਿਆ ਕਰੋ, ਕੀ ਪਤਾ ਦੁਪਹਿਰ ਦਾ ਪ੍ਰਸ਼ਾਦਾ ਮਿਲੇ ਕਿ ਨਾ ਮਿਲੇ, ਤਾਂ ਦੁਪਹਿਰ ਤੱਕ ਤੁਹਾਡਾ ਮਨ ਟਿਕਿਆ ਰਹੇਗਾ ਸਤਨਾਮ ਸ੍ਰੀ ਵਾਹਿਗੁਰੂ ਵਿੱਚ।
ਦੁਪਹਿਰ ਦਾ ਪ੍ਰਸ਼ਾਦਾ ਛੱਕ ਕੇ ਫਿਰ ਮੌਤ ਚੇਤੇ ਕਰ ਲਈ, ਕੀ ਪਤਾ ਰਾਤ ਆਵੇ ਕਿ ਨਾ ਆਵੇ। ਰਾਤ ਦਾ ਪ੍ਰਸ਼ਾਦਾ ਛੱਕ ਕੇ ਤਾਂ ਸਿੱਖ ਨੂੰ ਹੁਕਮ ਹੈ, ਸੌਣ ਲੱਗਾ ਆਪਣਾ ਸੋਲਾ ਆਪ ਹੀ ਪੜ੍ਹ ਕੇ ਸੌਂਦਾ, ਬਾਅਦ ਵਿੱਚ ਕੋਈ ਪੜ੍ਹੇ ਨਾ ਪੜ੍ਹੇ। ਸੌਣ ਲੱਗਿਆਂ ਵੀ ਮੌਤ ਚੇਤੇ ਕਰੀ, ਰਾਤ ਵੀ ਤੇਰਾ ਮਨ ਟਿਕਿਆ ਰਹੇਗਾ। ਹਜ਼ੂਰ ਨੇ ਬੜਾ ਪਿਆਰਾ ਨੁਕਤਾ ਦਿੱਤਾ, ਜਿਹੜੇ ਸਿੱਖ ਨੂੰ ਮੌਤ ਚੇਤੇ ਰਹਿੰਦੀ ਹੈ ਉਹਨੂੰ ਰੱਬ ਦਾ ਨਾਮ ਕਦੇ ਨਹੀਂ ਵਿਸਰਦਾ, ਜਿਹਨੂੰ ਕਾਲ ਚੇਤੇ ਆਉਂਦਾ ਉਹਨੂੰ ਨਾਲ ਹੀ ਅਕਾਲ ਪੁਰਖ ਚੇਤੇ ਆਉਂਦਾ, ਫਿਰ ਮੌਤ ਦਾ ਡਰ ਤੇ ਨਹੀਂ ਲੱਗਦਾ। ਪਰ ਮੌਤ ਚੇਤੇ ਕਰਨ ਨਾਲ ਮਨ ਟਿਕ ਜਾਂਦਾ। ਦੇਖੋ ਬੇਨਤੀ ਸਮਝਿਓ, ਮੌਤ ਚੇਤੇ ਕਰਨ ਨਾਲ ਮਾੜੇ ਫੁਰਨੇ ਮਰਦੇ ਨੇ, ਮੌਤ ਚੇਤੇ ਕਰਨ ਦੇ ਨਾਲ ਮਨ ਟਿਕਦਾ। ਕਲਗੀਧਰ ਪਾਤਸ਼ਾਹ ਨੇ ਕਿਹਾ ਮੌਤ ਚੇਤੇ ਕਰਿਆ ਕਰੋ, ਨਾਲ ਹੀ ਤੁਹਾਨੂੰ ਅਕਾਲ ਪੁਰਖ ਚੇਤੇ ਆਏਗਾ। ਜਿਹਨੂੰ ਮਰਨਾ ਵਿਸਰ ਜਾਏ ਉਹ ਦੁਨੀਆਂ ਦੇ ਫੁਰਨਿਆਂ ਚ ਗੁਆਚ ਜਾਂਦਾ, ਜਿਹਨੂੰ ਮੌਤ ਭੁੱਲ ਜਾਏ ਉਹ ਬੰਦਾ ਵਿਕਾਰੀ ਹੋ ਜਾਂਦਾ, ਜਿਹਨੂੰ ਮੌਤ ਭੁੱਲ ਜਾਏ ਬੰਦਾ ਹੰਕਾਰੀ ਹੋ ਜਾਂਦਾ, ਜਿਹਨੂੰ ਮਰਨਾ ਚੇਤੇ ਰਹਿੰਦਾ ਉਹਨੂੰ ਨਾਮ ਕਦੇ ਨੀ ਭੁੱਲਦਾ। ਤਾਈਓ ਸਾਹਿਬ ਨੇ ਕਿਹਾ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਮੌਤ ਚੇਤੇ ਕਰੇਗਾ ਤੇਰਾ ਮੇਰੇ ਵੱਲ ਕਦਮ ਤੁਰੇਗਾ, ਮੌਤ ਚੇਤੇ ਆਏਗੀ ਤੈਨੂੰ ਨਾਮ ਚੇਤੇ ਆਏਗਾ। ਸੱਚੇ ਪਾਤਸ਼ਾਹ ਨੇ ਨੁਕਤਾ ਦੱਸਿਆ। ਅੱਜ ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆਪਣੇ ਸਤਿਗੁਰ ਤੋਂ ਬਲਿਹਾਰ ਜਾਇਆ ਕਰ, ਜਿਹਨੇ ਤੇਰੇ ਮਨ ਨੂੰ ਉਸ ਸ਼ਬਦ ਵਿੱਚ ਜੋੜ ਕੇ ਤ੍ਰਿਪਤ ਕਰ ਦਿੱਤਾ ਹੈ। ਅੱਖੀ ਸੰਤੋਖੀਆ ਏਕ ਲਿਵਲਾਏ, ਜਦੋਂ ਮਨ ਰੱਜ ਗਿਆ ਹੁਣ ਅੱਖਾਂ ਵੀ ਰੱਜ ਗਈਆਂ। ਨਹੀਂ ਤੇ ਸਾਰੀ ਉਮਰ ਮਹਾਰਾਜ ਕਹਿੰਦੇ ਰੂਪੀ ਭੁੱਖ ਨਾ ਉਤਰੇ ਜਾਂ ਦੇਖਾਂ ਤਾਂ ਭੁੱਖ, ਇਹ ਸਾਰੀ ਉਮਰ ਭੁੱਖ ਨਹੀਂ ਉਤਰਦੀ ਅੱਖਾਂ ਨੂੰ। ਪਰ ਜਦੋਂ ਗੁਰੂ ਦੇ ਸ਼ਬਦ ਨਾਲ ਮਨ ਜੁੜਦਾ ਔਰ ਗੁਰੂ ਨੁਕਤਾ ਦੱਸਦਾ, ਤੂੰ ਮਰਨਾ ਚੇਤੇ ਰੱਖੀ, ਤੈਨੂੰ ਯਾਦ ਰਵੇ, ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਲਾ ਮਰਨਾ ਹੋਏ। ਭਾਈ ਮੌਤ ਚੇਤੇ ਆਏਗੀ, ਗੁਰੂ ਜੁਗਤ ਦੱਸੇਗਾ, ਫਿਰ ਤੂੰ ਸ਼ਬਦ ਜਪੇਗਾ, ਗੁਰੂ ਦੇ ਸ਼ਬਦ ਨਾਲ ਤੇਰਾ ਮਨ ਰੱਜ ਜਾਏਗਾ, ਫਿਰ ਅੱਖਾਂ ਸੰਸਾਰ ਨਹੀਂ ਵੇਖੇਗੀ, ਫਿਰ ਕਿਸੇ ਦਾ ਮਹਿਲ ਵੇਖ ਕੇ, ਕਿਸੇ ਦੀ ਕਾਰ ਵੇਖ ਕੇ, ਕਿਸੇ ਦੀਆਂ ਚੀਜ਼ਾਂ ਵੇਖ ਕੇ ਤੇਰਾ ਮਨ ਨਹੀਂ ਭਟਕੇਗਾ। ਤੈਨੂੰ ਯਾਦ ਆ ਜਾਏਗਾ ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ, ਗੁਰੂ ਦੇ ਘਰ ਵਿੱਚ ਤੇਰਾ ਜਨਮ ਹੋਣ ਤੋਂ ਬਾਅਦ ਪਤਾ ਲੱਗ ਜਾਏਗਾ ਇਹ ਚੀਜ਼ਾਂ ਤੇਰੇ ਨਾਲ ਜਾਣ ਵਾਲੀਆਂ ਨੇ, ਤੇਰਾ ਮਨ ਤ੍ਰਿਪਤ ਹੋ ਜਾਏਗਾ। ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ, ਪਰ ਇਹ ਹੋਣਾ ਕਦੋਂ? ਅੱਖਾਂ ਰੱਜ ਜਾਣਗੀਆਂ ਇੱਕ ਨਾਲ ਲਿਵ ਲਾਉਣ ਨਾਲ। ਤੁਹਾਡੇ ਧਿਆਨ ਵਿੱਚ ਇੱਕ ਚੀਜ਼ ਰਹੇਗੀ, ਨੁਕਤਾ ਮੈਂ ਬਿਆਨ ਕਰਨਾ। ਕਿਸੇ ਬੰਦੇ ਨੂੰ ਖੜਿਆਂ ਖੜੋਤੇ ਇੱਥੇ ਬਾਜ਼ਾਰ ਵਿੱਚ ਕਹਿ ਦਿਓ ਤੇਰੀ ਦੁਕਾਨ ਤੇ ਅੱਗ ਲੱਗ ਗਈ, ਉਹ ਬਾਜ਼ਾਰ ਵਿੱਚੋਂ ਭੱਜਾ ਜਾਏਗਾ ਆਪਣੀ ਦੁਕਾਨ ਵੱਲ, ਰਸਤੇ ਵਿੱਚ ਸੈਂਕੜੇ ਲੋਕ ਆਉਣਗੇ, ਉਹਦੀਆਂ ਅੱਖਾਂ ਕਿਸੇ ਤੇ ਨਹੀਂ ਟਿਕਣਗੀਆਂ। ਕਿਉਂ? ਉਹਦਾ ਧਿਆਨ ਆਪਣੀ ਦੁਕਾਨ ਤੇ ਹੋਏਗਾ। ਸਿੱਖਾ, ਜਿੱਦਣ ਤੇਰਾ ਧਿਆਨ ਸ਼ਬਦ ਵਿੱਚ ਲਿਵ ਲੱਗਣ ਲੱਗ ਪਈ, ਰਸਤੇ ਵਿੱਚ ਕੌਣ ਲੰਘਦਾ ਤੇਰੀ ਨਜ਼ਰ ਵਿੱਚ ਨਹੀਂ ਆਏਗਾ, ਤੇਰੀਆਂ ਅੱਖਾਂ ਭਟਕਣੋਂ ਹਟ ਜਾਣਗੀਆਂ, ਰੱਜ ਜਾਣਗੀਆਂ, ਜਿੱਦਣ ਧਿਆਨ ਇੱਕ ਸ਼ਬਦ ਤੇ ਕੇਂਦਰਿਤ ਹੋ ਜਾਏਗਾ। ਅੱਜ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ,
ਤੇਰੀ ਇੱਕ ਤੇ ਲਿਵ ਲੱਗ ਜਾਏ ਫਿਰ ਮਨ ਸੰਤੋਖ ਵਿੱਚ ਆ ਜਾਂਦਾ ਹੈ। ਮਨ ਸੰਤੋਖਿਆ ਦੂਜਾ ਭਾਉ ਗਵਾਏ। ਫਿਰ ਜਿਹੜਾ ਦੂਜਾ ਭਾਉ ਹੈ ਸੰਸਾਰ ਦੀ ਖਿੱਚ ਹੈ, ਪਦਾਰਥਾਂ ਦੀ ਖਿੱਚ ਹੈ, ਮੈਨੂੰ ਮਿਲ ਜਾਏ, ਮੇਰੇ ਤੋਂ ਕੋਈ ਖੋ ਨਾ ਲਵੇ, ਆਹ ਨਾ ਹੋ ਜਾਏ, ਇਹ ਸਭ ਚਿੰਤਾਵਾਂ ਖਤਮ ਹੋਣ ਲੱਗ ਜਾਂਦੀਆਂ, ਮਨ ਸੰਤੋਖ ਵਿੱਚ ਟਿਕ ਜਾਂਦਾ। ਅਮਾਵ ਸਾਤਮ ਸੁਖੀ ਪਏ ਸੰਤੋਖ ਦੀਆ ਗੁਰਦੇਵ, ਮਨ ਤਨ ਸ਼ੀਤਲ ਸ਼ਾਂਤ ਸਹਿਜ ਲਾਗਾ ਪ੍ਰਭ ਕੀ ਸੇਵ। ਫਿਰ ਗੁਰੂ ਕਿਰਪਾ ਕਰਕੇ ਉਸ ਮਨ ਨੂੰ ਸੰਤੋਖ ਦਿੰਦਾ, ਟਿਕਾ ਦਿੰਦਾ। ਗੁਰੂ ਫਿਰ ਸੰਸਾਰ ਵੱਲੋਂ ਵੀ ਰਜਾ ਦਿੰਦਾ ਔਰ ਦੂਜੇ ਭਾਉ ਵਿੱਚ ਨਹੀਂ ਉਹ ਮਨ ਰਹਿੰਦਾ। ਫਿਰ ਦੂਜਾ ਭਾਉ ਕਿਹੜਾ? ਜਿਹੜਾ ਆਮ ਬੰਦੇ ਦੇ ਕਿਸੇ ਦੇ ਵੀ ਵੱਸ ਚ ਨਹੀਂ ਆਉਂਦਾ, ਭਟਕਾਉਂਦਾ ਰਹਿੰਦਾ ਉਹਨੂੰ। ਸਾਹਿਬ ਨੇ ਉਹਦੇ ਬਾਰੇ ਜ਼ਿਕਰ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ, ਕਹਿੰਦੇ ਮੈਂ ਸੁਣੀ ਐ ਨੈ ਮੁਖ ਤੇ ਬਕੀਐ, ਮੈਂ ਮੋਹੈ ਉਹ ਡਿਠੀ, ਐਸੀ ਠਗੋਰੀ ਪਾਏ ਭੁਲਾਵੇ ਮਨ ਸਭ ਕੈ ਲਾਗੈ ਮਿੱਠੀ। ਉਹ ਦੂਜਾ ਭਾਉ ਸਾਰਿਆਂ ਦੇ ਮਨ ਨੂੰ ਮਿੱਠਾ ਲੱਗਦਾ ਔਰ ਉਹਦੇ ਵਿਆਰੇ ਵਿਆਖਿਆ ਨਹੀਂ ਕੀਤੀ ਜਾ ਸਕਦੀ, ਸੁਣਿਆ ਨਹੀਂ ਜਾ ਸਕਦਾ, ਉਹਨੂੰ ਦੇਖਿਆ ਨਹੀਂ ਜਾ ਸਕਦਾ। ਉਹ ਕੀ ਹੈ ਜਿਹੜਾ ਬੰਦੇ ਨੂੰ ਸੰਸਾਰ ਵਿੱਚ ਭਟਕਾਈ ਰੱਖਦਾ? ਮੈਂ ਮੋਹੇ ਉਹ ਡਿੱਠੀ, ਮਾਏ ਬਾਪ ਪੂਤ ਹਿਤ ਭਰਾਤਾ, ਉਨ ਘਰ ਘਰ ਮਿਲਿਓ ਦੂਆ, ਕਿਸੀ ਬਾਤ ਘਾਟ ਕਿਸੀ ਪੈ, ਸਗਲੇ ਲਰ ਲਰ ਮੂਆ। ਤੇ ਫਿਰ ਜੇ ਉਹਨਾਂ ਤੋਂ ਕੋਈ ਛੁੱਟਦਾ ਤੇ ਪਤਾ ਕੌਣ? ਫਿਰ ਗੁਰੂ ਸਿੱਖ ਨੂੰ ਕੋਲ ਬੁਲਾ ਕੇ ਕਹਿੰਦਾ ਓਟ ਲੈ ਲਾ ਗੁਰੂ ਦੇ ਸ਼ਬਦ ਦੀ, ਫਿਰ ਤੂੰ ਓਟ ਲੈ ਕੇ ਛੁੱਟ ਜਾਏਗਾ। ਮਹਾਰਾਜ ਜਪ ਤਪ ਨਾਲ ਨਹੀਂ ਗੱਲ ਬਣੇਗੀ, ਜਿਹੜਾ ਪਾਠ ਕਰਨੇ ਉਹਦੇ ਨਾਲ ਗੱਲ ਨਹੀਂ ਬਣੇਗੀ। ਸਾਹਿਬ ਕਹਿਣਗੇ ਪਾਠ ਵੀ ਕਰ, ਜਪ ਵੀ ਕਰ, ਤਪ ਵੀ ਕਰ, ਪਰ ਇੱਕ ਗੱਲ ਦਾ ਖਿਆਲ ਰੱਖੀ, ਜਿਹੜਾ ਇਹਦੇ ਵਿੱਚੋਂ ਹੰਕਾਰ ਪੈਦਾ ਹੁੰਦਾ ਸਭ ਕੁਝ ਕਰਕੇ ਗੁਰੂ ਨੂੰ ਭੇਟ ਕਰਕੇ ਕਿਹਾ ਕਰ। ਜਪ ਤਪ ਸੰਜਮ ਧਰਮ ਨਾ ਕੁਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ। ਫਿਰ ਗੁਰੂ ਤੈਨੂੰ ਕਹੇਗਾ ਕਿਆ ਜਪ ਕਿਆ ਤਪ ਕਿਆ ਵਰਤ ਪੂਜਾ, ਜਾਂ ਕਹਿ ਰਿਹਾ ਭਾਉ ਹੈ ਦੂਜਾ, ਦੂਜਾ ਭਾਉ ਗਵਾਏ। ਮਹਾਰਾਜ ਕਿਵੇਂ ਗਵਾਚੇ? ਫਿਰ ਗੁਰੂ ਪਿਆਰ ਨਾਲ ਕਹੇਗਾ ਰੇ ਜਨ ਮਨ ਮਾ ਦੋ ਸਿਉ ਲਾਈਐ, ਰੇ ਜਨ ਮਨ ਮਾ ਦੋ ਸਿਉ ਲਾਈਐ, ਰੇ ਜਨ ਮਨ ਮਾ ਦੋ ਸਿਉ, ਰੇ ਜਨ ਮਨ ਮਾ ਦੋ ਸਿਉ। ਤੇ ਨਾਲ ਇੱਕ ਗੱਲ ਕਹਿਣਗੇ ਚਤੁਰਾਈ ਨਾ ਚਤਰ ਪੁੱਜ ਪਾਈਐ, ਚਤੁਰਾਈ ਨਾ ਚਤਰ ਪੁੱਜ ਪਾਈਐ, ਚਤੁਰਾਈ ਨਾ ਚਤਰ ਪੁੱਜ, ਚਤੁਰਾਈ ਨਾਲ ਨਹੀਂ ਮਿਲਣਾ, ਮਨ ਜੋੜ ਮਨ ਫਿਰ ਮਿਲੇਗਾ, ਚਤੁਰਾਈ ਨਾਲ ਨਹੀਂ ਮਿਲੇਗਾ। ਔਰ ਤੁਸੀਂ ਖਿਆਲ ਕਰਿਓ ਮਾਤਾ ਸੁੰਦਰ ਕੌਰ ਜੀ ਨੇ ਇੱਕ ਛੋਟਾ ਜਿਹਾ ਬੱਚਾ ਜਿਹਨੂੰ ਕਈ ਸਾਲ ਤੱਕ ਕੀਰਤਨ ਸਿਖਾਇਆ, ਪਾਠ ਸਿਖਾਇਆ, ਕੋਲ ਰੱਖਿਆ, ਉਹਨੂੰ ਪੰਥ ਦੀ ਇੱਕ ਅਹਿਮ ਹਸਤੀ ਦੇ ਕੋਲ ਛੱਡ ਦਿੱਤਾ ਤੇ ਜਦੋਂ ਉਸ ਪੰਥ ਦੀ ਹਸਤੀ ਕੋਲ ਛੱਡਿਆ ਲਿਆ ਕੇ ਕਪੂਰਥਲੇ, ਉਹ ਪੰਥ ਦੀ ਹਸਤੀ ਜਿਹਨੂੰ ਕਦੇ ਜਕਰੀਆ ਵੱਲੋਂ ਘੱਲੀ ਗਈ ਕਿ ਆ ਖਾਲਸੇ ਪੰਥ ਨੂੰ ਮੈਂ 1.25 ਲੱਖ ਰੁਪਏ ਦੀ ਖਿਲਤ ਪੁਸ਼ਾਕ ਘੱਲਦਾ, 8 ਪਿੰਡਾਂ ਦੀ ਜਾਇਦਾਦ ਖਾਲਸਾ ਪੰਥ ਲੈ ਲੈ, ਪਰ ਮੇਰੇ ਨਾਲ ਮੈਨੂੰ ਮਾਰਨ ਦਾ ਡਰ ਲੱਗਦਾ, ਕਿਤੇ ਮੈਨੂੰ ਖਾਲਸਾ ਮਾਰ ਨਾ ਦੇ, ਇਹ ਮੱਸੇ ਰੰਗੜ ਦਾ ਸਿਰ ਵੱਢ ਦਿੰਦੇ ਨੇ। ਜਕਰੀਆ ਡਰਨ ਲੱਗ ਪਿਆ, ਉਹਨੇ ਕਿਹਾ ਸੁਲਾਹ ਕਰਾ ਦਿਓ।
ਭਾਈ ਸੁਵੇਗ ਸਿੰਘ ਜੀ ਨੇ ਸੁਲਾਹ ਕਰਾਈ। ਜਦੋਂ ਉਹ ਪੁਸ਼ਾਕ ਲੈ ਕੇ ਗਏ 125,000 ਰੁਪਏ ਦੀ ਖਿਲਤ, ਜਕਰੀਏ ਦੇ ਸਹਿਨ ਹੋਇਓ ਹਸਤਾਖਰ ਨਵਾਬੀ ਦੇ, ਤੇ ਉਸ ਹਸਤੀ ਨੇ ਪਤਾ ਕੀ ਕਿਹਾ ਸੀ? ਘੋੜਿਆਂ ਦੀ ਲਿੱਦ ਚੁੱਕਣ ਵਾਲਾ ਉਹ ਸੇਵਾਦਾਰ ਭਾਈ ਕਪੂਰ ਸਿੰਘ, ਉਹਨੇ ਖਾਲਸੇ ਪੰਥ ਨੂੰ ਕਿਹਾ, ਮੈਨੂੰ ਪੰਥ ਦਾ ਹੁਕਮ ਪ੍ਰਵਾਨ ਹੈ ਪਰ ਮੇਰੀ ਇੱਕ ਬੇਨਤੀ ਹੈ। ਜਥੇਦਾਰ ਨੇ ਕਿਹਾ, ਦੇਖ ਮਸਾਂ ਹੀ ਪਹਿਲਾਂ ਕੋਈ ਮੰਦਾ ਨਹੀਂ ਸੀ ਖਿਲਤ ਲੈਣ ਲਈ, ਹੁਣ ਤੈਨੂੰ ਪੰਜਾਂ ਦੇ ਰਾਹੀਂ ਹੁਕਮ ਕਰਾਇਆ, ਹੁਣ ਤੂੰ ਹੋਰ ਕੋਈ ਗੱਲ ਨਾ ਕਰ ਦੇ। ਉਹਨਾਂ ਕਹਿ ਜੀ ਇੱਕ ਬੇਨਤੀ ਜ਼ਰੂਰ ਕਰ। ਕਿਹਾ ਦੱਸੋ। ਕਹਿੰਦੇ ਨਵਾਬੀ ਮੈਂ ਲੈ ਲਾਂਗਾ ਪਰ ਇਹ ਜਿਹੜੀ ਪੁਸ਼ਾਕ ਹੈ ਨਾ ਤੇ ਜਕਰੀਏ ਦੇ ਹਸਤਾਖਰ ਵਾਲਾ ਕਾਗਜ਼ ਨਵਾਬੀ ਵਾਲਾ, ਇਹ ਸੰਗਤ ਦੇ ਜੋੜਿਆਂ ਚ ਰੱਖ ਦਿਓ। ਸਾਰੀ ਸੰਗਤ ਪੈਰ ਰੱਖ ਕੇ ਲੰਘੇ, ਪਤਾ ਕਿਉਂ? ਜਦੋਂ ਮੈਂ ਉਹ ਪੁਸ਼ਾਕ ਪਾ ਕੇ ਨਵਾਬੀ ਦੇ ਤਖ਼ਤ ਤੇ ਬੈਠਾ ਉਦੋਂ ਮੈਨੂੰ ਪੂਰੀ ਉਮਰ ਚੇਤਾ ਰਵੇ ਕਪੂਰ ਸਿਆਂ, ਕਿਤੇ ਨਵਾਬੀ ਦਾ ਮਾਣ ਨਾ ਕਰ ਲਈ। ਇਹ ਨਵਾਬੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖਾਂ ਦੇ ਜੋੜਿਆਂ ਚ ਰਲਦੀ ਸੀ। ਇਸ ਨਵਾਬੀ ਦਾ ਮਾਣ ਨਾ ਕਰ ਲਈ, ਇਹ ਨਵਾਬੀ ਗੁਰੂ ਨਾਨਕ ਦੀਆਂ ਸੰਗਤ ਦੇ ਚਰਨਾਂ ਦੇ ਜੋੜਿਆਂ ਵਿੱਚ ਰਲਦੀ ਹੈ, ਇਸ ਨਵਾਬੀ ਦਾ ਮਾਣ ਨਾ ਆ ਜਾਏ ਉਸ ਹਸਤੀ ਕੋਲ। ਫਿਰ ਇੱਕ ਛੋਟਾ ਜਿਹਾ ਬੱਚਾ ਮਾਂ ਸੁੰਦਰ ਕੌਰ ਜੀ ਨੇ ਛੱਡ ਦਿੱਤਾ, ਦਿੱਲੀ ਰਿਹਾ ਤੇ ਹਿੰਦੀ ਬੋਲਦਾ ਸੀ। ਜਿਹੜੇ ਖਾਲਸੇ ਸੀ ਨਾ ਉਹਨੂੰ ਛੋਟੀ ਉਮਰ ਕਰਕੇ ਮਖੌਲ ਕਰਦੇ ਰਹਿੰਦੇ, ਹਿੰਦੀ ਬੋਲਣ ਕਰਕੇ ਉਹਨੂੰ ਕਹਿਣਾ ਉਹ ਹਮ ਤੋ ਤੁਮ ਤੋ ਇੱਧਰ ਆ। ਉਹਨੇ ਇੱਕ ਦਿਨ ਨਵਾਬ ਕਪੂਰ ਸਿੰਘ ਜੀ ਨੂੰ ਬੇਨਤੀ ਕੀਤੀ, ਜਥੇਦਾਰ ਜੀ ਮੈਨੂੰ ਘਰ ਭੇਜ ਦਿਓ। ਉਹਨੇ ਕਿਹਾ ਬੇਟਾ ਕਿਉਂ? ਕਹਿੰਦੇ ਜਿਹੜੇ ਤੁਹਾਡੇ ਸਿੱਖ ਨੇ ਨਾ ਖਾਲਸੇ, ਇਹ ਮੇਰਾ ਮਖੌਲ ਉਡਾਉਂਦੇ ਰਹਿੰਦੇ। ਮੈਂ ਬਚਪਨ ਤੋਂ ਮਾਤਾ ਜੀ ਦੇ ਕੋਲ ਰਿਹਾ ਤੇ ਹਿੰਦੀ ਬੋਲ ਲੈਣਾ, ਵਿੱਚ ਵਿਚਾਲੇ ਇਹ ਮੈਨੂੰ ਫਿਰ ਹਮ ਤੋ ਤੁਮ ਤੋ ਕਹਿ ਕੇ ਛੇੜਦੇ ਰਹਿੰਦੇ ਨੇ, ਮੇਰਾ ਨਾਮ ਨਹੀਂ ਲੈਂਦੇ, ਮੈਨੂੰ ਆਵਾਜ਼ ਮਾਰਦੇ ਹੋ ਹਮ ਤੋ ਤੁਮ ਤੋ ਇੱਧਰ ਆ, ਮੈਨੂੰ ਘਰ ਭੇਜ ਦਿਓ। ਤੇ ਨਵਾਬ ਕਪੂਰ ਸਿੰਘ ਜੀ ਨੇ ਪਤਾ ਕੀ ਬਚਨ ਕਿਹਾ? ਉਸ 16-17 ਵਰਿਆਂ ਦੇ ਨੌਜਵਾਨ ਦੀ ਕੰਢ ਤੇ ਹੱਥ ਰੱਖ ਕੇ ਕਿਹਾ, ਬੇਟਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਪੰਥ ਹੈ, ਇਹਨਾਂ ਦੀਆਂ ਕਈਆਂ ਗੱਲਾਂ ਦਾ ਗੁੱਸਾ ਨਾ ਕਰੀ, ਇਹ ਤੈਨੂੰ ਪਿਆਰ ਨਾਲ ਮਖੌਲ ਕਰਦੇ ਨੇ, ਤਾਂ ਵੀ ਗੁਰੂ ਦੀਆਂ ਬਖਸ਼ਿਸ਼ਾਂ ਤੇਰੇ ਤੇ ਰਹਿਣਗੀਆਂ। ਬੇਟਾ ਪੰਥ ਦੇ ਕਹੇ ਦਾ ਗੁੱਸਾ ਨਾ ਕਰੀ, ਇਹ ਪੰਥ ਇੰਨਾ ਵੱਡਾ ਹੈ ਜਿੱਦਣ ਦੇਣ ਤੇ ਆਉਂਦਾ ਮੇਰੇ ਵਰਗੇ ਘੋੜਿਆਂ ਦੀ ਲਿੱਦ ਚੁੱਕਣ ਵਾਲਿਆਂ ਨੂੰ ਨਵਾਬੀ ਦੇ ਦਿੰਦਾ, ਬੇਟਾ ਨਿਮਰਤਾ ਵਿੱਚ ਰਹੀ, ਖਾਲਸਾ ਪੰਥ ਤੈਨੂੰ ਪਤਾ ਨਹੀਂ ਕੀ ਦਿੰਦਾ, ਇਹਨਾਂ ਦਾ ਗੁੱਸਾ ਨਾ ਕਰੀ, ਇਹ ਖਾਲਸਾ ਪੰਥ ਪਤਾ ਨਹੀਂ ਤੈਨੂੰ ਕੀ ਬਖਸ਼ਦਾ। ਸੱਚਮੁੱਚ ਉਹ ਗੱਲ ਦਿਲ ਚ ਵਸ ਗਈ, ਪੂਰੀ ਉਮਰ ਸੇਵਾ ਕੀਤੀ। ਇੱਕ ਦਿਨ ਸਮਾਂ ਆਇਆ, ਉਸੇ ਨੌਜਵਾਨ ਨੂੰ ਖਾਲਸਾ ਪੰਥ ਨੇ ਖਿਤਾਬ ਪਤਾ ਕਿਹੜਾ ਦਿੱਤਾ? ਸੁਲਤਾਨੇ ਉਲ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ। ਸੁਲਤਾਨੇ ਉਲ ਕੌਮ ਜਿਹੜਾ ਖਾਲਸਾ ਪੰਥ ਦਾ ਰਿਣੀ ਰਹਿੰਦਾ, ਖਾਲਸਾ ਪੰਥ ਨੂੰ ਬਹੁਤ ਉੱਚਾ ਮਾਣ ਦਿੰਦਾ। ਇਸ ਲਈ ਸਾਧ ਸੰਗਤ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਸਾਨੂੰ ਇਹ ਜੁਗਤ ਦੱਸ ਦਿੱਤੀ, ਜਿੱਥੇ ਮਹਾਰਾਜ ਨੇ ਕਿਹਾ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ। ਉਹ ਸਿੱਖਾ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਤੂੰ ਝੁਕਣਾ, ਉੱਥੇ ਖਾਲਸਾ ਪੰਥ ਦਾ ਵੀ ਹੁਕਮ ਮੰਨਣਾ, ਇੰਨਾ ਵੱਡਾ ਮਾਣ ਹੈ। ਅੱਜ ਮੇਰੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ, ਮਨ ਸੰਤੋਖ ਵਿੱਚ ਆ ਜਾਂਦਾ ਔਰ ਗੁਰੂ ਪੰਥ ਨਾਲ ਗੁਰੂ ਗ੍ਰੰਥ ਨਾਲ ਜੁੜਨ ਤੋਂ ਬਾਅਦ ਇੱਕ ਬਖਸ਼ਿਸ਼ ਹੁੰਦੀ ਹੈ, ਦੂਜਾ ਭਾਉ ਜਿਹੜੀ ਦੁਬਦਾ ਹੈ ਮਨ ਵਿੱਚ ਉਹ ਫਿਰ ਖਤਮ ਹੋ ਜਾਂਦੀ ਹੈ। ਇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ। ਮਹਾਰਾਜ ਜੀ ਕਹਿੰਦੇ ਜਿਹੜਾ ਦੇਹ ਸਰੀਰ ਆ
ਇਹਦੇ ਵਿੱਚ ਸੁੱਖ ਆਉਣਾ ਸ਼ੁਰੂ ਹੋ ਜਾਂਦਾ। ਨਾ ਫਿਰ ਅੱਖਾਂ ਦੁਖੀ ਕਰਦੀਆਂ, ਨਾ ਕੰਨ ਦੁਖੀ ਕਰਦੇ, ਔਰ ਇੱਥੋਂ ਤੱਕ ਨਾ ਸਰੀਰ ਦੇ ਦੁੱਖ ਫਿਰ ਦੁਖੀ ਕਰਦੇ। ਸ਼ਬਦ ਹਰ ਨਾਏ ਗੁਰੂ ਦੇ ਸ਼ਬਦ ਨਾਲ ਪ੍ਰੀਤ ਪਾਉਣ ਨਾਲ, ਸ਼ਬਦ ਨਾਲ ਜੁੜਨ ਦੇ ਨਾਲ। ਨਾਮ ਪਰਮ ਹਿਰਦੈ ਰਹਿ ਆਸਮਾਈ। ਫਿਰ ਨਾਮ ਪਰਮਲ ਦਾ ਅਰਥ ਹੁੰਦਾ ਵਾਸਨਾ, ਸੋਹਣੀ ਸੁਗੰਧੀ, ਨਾਮ ਦੀ ਸੁਗੰਧੀ ਉਹਦੇ ਕੋਲੋਂ ਆਉਂਦੀ ਹੈ। ਹਿਰਦੇ ਰਿਹਾ ਸਮਾਏ, ਹਿਰਦੇ ਵਿੱਚ ਸ਼ਬਦ ਸਮਾ ਜਾਂਦਾ, ਔਰ ਖੁਸ਼ਬੂ ਜਿੱਥੋਂ ਆਵੇ ਨਾ, ਭੌਰਿਆਂ ਨੂੰ ਸੱਦਣਾ ਨਹੀਂ ਪੈਂਦਾ, ਆਪੇ ਹੀ ਫੁੱਲ ਤੇ ਆਉਂਦੇ ਨੇ। ਜਿੱਥੇ ਸ਼ਬਦ ਦੀ ਸੁਗੰਧੀ ਆਉਣ ਲੱਗਦਾ, ਉੱਥੇ ਰੱਬ ਦੇ ਪਿਆਰੇ ਆਪਣੇ ਆਪ ਹੀ ਜੁੜਨ ਲੱਗ ਜਾਂਦੇ, ਉਹਦਾ ਸਤਿਕਾਰ ਫਿਰ ਤਿੰਨ ਕੋ ਪਰਜਾ ਪੂਜਣ ਆਈ, ਸੰਸਾਰ ਉਹਦਾ ਮਾਣ ਤਾਣ ਕਰਨ ਲੱਗ ਜਾਂਦਾ, ਕਿਉਂਕਿ ਸ਼ਬਦ ਦੀ ਸੁਗੰਧੀ, ਸ਼ਬਦ ਦੀ ਵਡਿਆਈ ਆਉਂਦੀ ਹੈ। ਨਾਨਕ ਮਸਤਕ ਜਿਸ ਵਡ ਭਾਗ। ਪਰ ਮਹਾਰਾਜ ਜੀ ਨੇ ਇੱਕ ਬੜੀ ਪਿਆਰੀ ਹੁਣ ਗੱਲ ਕਹੀ, ਜਿਹਦੇ ਮਸਤਕ ਦੇ ਭਾਗ ਵੱਡੇ ਹੋ ਜਾਣ, ਜਿਹਦੇ ਮਸਤਕ ਦੇ ਭਾਗ ਜਾਗ ਜਾਣ, ਉਹਦੇ ਹਿਰਦੇ ਵਿੱਚ ਵਸਦਾ, ਜਿਹਦੇ ਮਸਤਕ ਦੇ ਭਾਗ ਗੁਰੂ ਜਗਾਦੈ, ਉਹਦੀ ਰਸਨਾ ਨੂੰ ਸ਼ਬਦ ਦਾ ਸਵਾਦ ਆਉਂਦਾ। ਜਿਹਦੇ ਮਸਤਕ ਦੇ ਭਾਗ ਗੁਰੂ ਹੱਥ ਰੱਖ ਕੇ ਜਗਾ ਦੇਵੇ, ਉਹਨੂੰ ਫਿਰ ਸ਼ਬਦ ਦੀ ਸੁਗੰਧੀ ਆ ਜਾਂਦੀ ਹੈ, ਉਹ ਫਿਰ ਤ੍ਰਿਪਤ ਹੋ ਜਾਂਦਾ, ਉਹ ਫਿਰ ਰੱਜ ਜਾਂਦਾ, ਉਹਨੂੰ ਫਿਰ ਸੰਸਾਰ ਦੀ ਭੁੱਖ ਨਹੀਂ ਰਹਿੰਦੀ, ਉਹਦੇ ਕੋਲ ਫਿਰ ਸਾਰੇ ਪਦਾਰਥ ਜੁੜ ਜਾਂਦੇ ਨੇ। ਇੱਕ ਬੇਨਤੀ ਪਿਆਰ ਨਾਲ ਸਮਝਿਓ, ਉਹਨੂੰ ਫਿਰ ਦੋਵੇਂ ਚੀਜ਼ਾਂ ਮਿਲਣ ਲੱਗ ਜਾਂਦੀਆਂ। ਸਵਾਲ ਕੀਤਾ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਦੁਰਗਾ ਦਾਸ ਪੰਡਿਤ ਨੇ, ਕਹਿੰਦਾ ਮਹਾਰਾਜ ਮੈਨੂੰ ਪਛਾਣਿਆ? ਮਹਾਰਾਜ ਕਹਿੰਦੇ ਪਛਾਣ ਲਿਆ। ਕਹਿੰਦੇ ਜੀ ਜਦੋਂ ਤੁਸੀਂ ਗੁਰੂ ਨਹੀਂ ਸੀ ਬਣੇ, ਯਾਤਰਾ ਤੇ ਆਉਂਦੇ ਸੀ, ਮੇਰੇ ਘਰ ਠਹਿਰਦੇ ਸੀ, ਤਾਂ ਮਹਾਰਾਜ ਕਹਿੰਦੇ ਤਾਂਹੀਓ ਤੇਰੇ ਕੋਲ ਆਏ। ਕਹਿੰਦਾ ਮਹਾਰਾਜ ਮੈਂ ਬੇਨਤੀ ਕੀਤੀ ਸੀ, ਜੇ ਤਾਂ ਤੁਸੀਂ ਦੁਨੀਆਂ ਦੇ ਕੋਈ ਬਾਦਸ਼ਾਹ ਬਣ ਗਏ, ਮੈਨੂੰ ਥੋੜੀ ਬਹੁਤ ਪੈਸਾ ਜ਼ਗੀਰ ਦੇ ਦਿਓ, ਮੇਰਾ ਬੁਢੇਪਾ ਸੁੱਖ ਨਾਲ ਲੰਘ ਜਾਏ। ਜੇ ਤੁਸੀਂ ਪੈਗੰਬਰ ਬਣ ਗਏ, ਤਾਂ ਮੈਨੂੰ ਮੁਕਤੀ ਦੇ ਦਿਓ। ਮਹਾਰਾਜ ਅੱਜ ਕੀ ਬਖਸ਼ੋਗੇ? ਸੱਚੇ ਪਾਤਸ਼ਾਹ ਕਹਿੰਦੇ ਮੰਗ ਕੀ ਮੰਗਦਾ? ਤੇ ਦੁਰਗੋ ਪੰਡਿਤ ਨੇ ਪਤਾ ਕੀ ਕਹਿੰਦਾ? ਮਹਾਰਾਜ ਦੋਵੇਂ ਚੀਜ਼ਾਂ ਦੇ ਦਿਓ, ਪੈਸਾ ਵੀ ਦੇ ਦਿਓ, ਮੁਕਤੀ ਵੀ ਦੇ ਦਿਓ। ਜੇ ਇਕੱਲਾ ਪੈਸਾ ਦਿੱਤਾ, ਮੁਕਤੀ ਨਾ ਦਿੱਤੀ, ਤੇ ਮਹਾਰਾਜ ਪੈਸਾ ਕਿਸ ਕੰਮ ਦਾ? ਜੇ ਮਹਾਰਾਜ ਤੁਸੀਂ ਮੁਕਤੀ ਦੇ ਦਿੱਤੀ, ਸਾਰੀ ਉਮਰ ਦੁੱਖਾਂ ਚ ਲੰਘ ਗਈ, ਫਿਰ ਸੰਸਾਰ ਵਿੱਚ ਮੁਕਤੀ ਕਾਹਦੀ ਕੰਮ ਦੀ? ਮਹਾਰਾਜ ਦੋਵੇਂ ਚੀਜ਼ਾਂ ਦੇ ਦਿਓ। ਤਾਂ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਦੋਵੇਂ ਚੀਜ਼ਾਂ ਬਖਸ਼ੀਆਂ। ਉਹਨੇ ਕਿਹਾ ਮਹਾਰਾਜ ਜੇ ਧਨ ਦੇ ਨਾਮ ਦੇ ਨਾ ਜਨ ਕਹੋ, ਨਾਮ ਬਿਨਾ ਜਨ ਜਮਪੁਰ ਜਾਏ। ਜੇ ਨਾਮ ਦੇ ਧਨ ਦੇ ਨਾ ਜਨ ਕਹੋ, ਧਨ ਬਿਨਾ ਜਨ ਜਗ ਨਾ ਸੁਹਾਏ। ਦੋਵੇਂ ਚੀਜ਼ਾਂ ਦੇਤੀਆਂ। ਗੁਰ ਅਮਰਦਾਸ ਤੇਜੋ ਕੇ ਨੰਦਨ, ਜਿਨ ਦੋਨੋ ਨਿਰਮਲ ਪੰਥ ਚਲਾਏ। ਗੁਰੂ ਅਮਰਦਾਸ ਮਹਾਰਾਜ ਦੋਵੇਂ ਚੀਜ਼ਾਂ ਬਖਸ਼ਦੀਆਂ। ਜਿਹਦੇ ਮਸਤਕ ਦੇ ਭਾਗ ਜਾਗ ਜਾਣ, ਉਹਨੂੰ ਫਿਰ ਗੁਰਬਾਣੀ ਦਾ ਸਹਿਜ ਵਿਰਾਗ ਪ੍ਰੇਮ ਵੀ ਲੱਗ ਜਾਂਦਾ, ਉਹ ਸੰਸਾਰ ਵੱਲੋਂ ਵੀ ਰੱਜਦਾ, ਤੇ ਰੱਬ ਨਾਲ ਵੀ ਸਿੱਧਾ ਮਿਲਾਪ ਹੁੰਦਾ ਹੈ। ਗੁਰ ਕੀ ਬਾਣੀ ਸਹਿਜ ਵੈਰਾਗ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਦੀ ਬਾਣੀ ਵਿੱਚ ਉਹਦੇ ਅੰਦਰ ਸਹਿਜ ਆ ਜਾਂਦਾ, ਵਿਰਾਗ ਪੈਦਾ ਹੋ ਜਾਂਦਾ, ਉਹ ਫਿਰ ਗੁਰੂ ਦੇ ਸ਼ਬਦ ਸੁਣਦਾ ਵਿਸਮ ਹੋ ਜਾਂਦਾ। ਗੁਰੂ ਦੇ ਸ਼ਬਦ ਸੁਣਦਾ ਅੰਦਰ ਆਪਣੇ ਆਪ ਪ੍ਰੇਮ ਤੇ ਵਿਰਾਗ ਪੈਦਾ ਹੁੰਦਾ। ਸ਼ਬਦ ਸੁਣਦਾ ਉਹਨੂੰ ਇੰਜ ਲੱਗਦਾ ਗੁਰੂ ਮੈਨੂੰ ਕਹਿ ਰਿਹਾ, ਮੈਨੂੰ ਕਹਿ ਰਿਹਾ। ਹਰ ਸ਼ਬਦ ਫਿਰ ਗੁਰੂ ਦੇ ਨਾਲ ਉਹਦੀ ਸਾਂਝ ਬਣੀ ਰਹਿੰਦੀ, ਅੰਦਰ ਦਾ ਮਨ ਵਿਰਾਗ ਵਿੱਚ ਆ ਜਾਂਦਾ, ਮਨ ਚਤੁਰਾਈਆਂ ਛੱਡ ਦਿੰਦਾ। ਫਿਰ ਗੁਰੂ ਦਾ ਕਿਹਾ ਮਨ ਮੰਨ ਕੇ ਇਹ ਮਨ ਫਿਰ ਜਪਣ ਲੱਗ ਜਾਂਦਾ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਫਿਰ ਕਹਿੰਦਾ ਛੋਟ ਛੋਟ ਦੇ ਪਖੰਡੀ ਮਨ, ਕਪਟ ਨਾ ਕੀਜੈ ਹਰ ਕਾ ਨਾਮ ਨਿਤ ਨਿਤ ਲੀਜੈ, ਸਤਿਗੁਰੂ ਕਿਰਪਾ ਕਰਨ
ਗੁਰੂ ਦੇ ਸ਼ਬਦ ਨਾਲ ਸਾਡੀ ਇਹ ਰਸਨਾ ਤ੍ਰਿਪਤ ਹੋ ਜਾਏ, ਮਨ ਤ੍ਰਿਪਤ ਹੋ ਜਾਏ, ਇਹਦੇ ਅੰਦਰ ਸ਼ਬਦ ਦੀ ਸੁਗੰਧ ਆਵੇ ਔਰ ਸਤਿਗੁਰੂ ਸਮੁੱਚੀ ਸ੍ਰਿਸ਼ਟੀ ਨੂੰ ਅੰਦਰ ਦਾ ਉਹ ਸੱਚ ਸਹਿਜ ਤੇ ਸੰਤੋਖ ਬਖਸ਼ਿਸ਼ ਕਰਨ ਆਓ। ਆਖਰੀ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਮੂਹ ਸੰਗਤਾਂ ਦਾ ਧੰਨਵਾਦ, ਪ੍ਰਬੰਧਕਾਂ ਦਾ ਧੰਨਵਾਦ, ਪ੍ਰਧਾਨ ਸਾਹਿਬ ਜੀ ਦਾ ਔਰ ਮੁੱਖ ਗ੍ਰੰਥੀ ਸਾਹਿਬ ਜੀ ਦਾ, ਸਮੂਹ ਸਿੰਘ ਸਾਹਿਬਾਨਾਂ ਦਾ, ਸਭ ਦਾ ਧੰਨਵਾਦ। ਕੋਟਾਂ ਕੋਟ ਸ਼ੁਕਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਆਖਰੀ ਪੰਕਤੀਆਂ ਸਰਵਣ ਕਰੋ ਜੀ। ਨਾਨਕ ਮਸਤਕ ਜਿਸ ਵਡ ਭਾਗ, ਗੁਰ ਕੀ ਬਾਣੀ ਸਹਿਜ ਪੈਰਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।